ਜਦੋਂ ਉਹ ਕਹਿੰਦਾ ਨਾ ਤੁਸੀਂ ਤ੍ਰੈ ਕਾਲ ਅਧਿਕਾਰੀ ਹੋ ਰਾਜ ਕਰਨ ਦੇ, ਉਹ ਐਵੇਂ ਨਹੀਂ ਕਹਿੰਦਾ, ਉਹਦਾ ਖੂਨ ਦਾ ਕਤਰਾ ਕਤਰਾ ਉਹਨੂੰ ਕਹਿੰਦਾ ਵੀ ਸਿੱਖ ਤ੍ਰੈ ਕਾਲ ਅਧਿਕਾਰੀ ਨੇ। ਉਹ ਕਹਿੰਦਾ ਜਨਮ ਸਿੱਧ ਅਧਿਕਾਰੀ ਨੇ। ਉਹ ਕਹਿੰਦਾ ਤੁਹਾਨੂੰ ਚੀਨ ਮੰਨਦਾ, ਰੂਸ ਮੰਨਦਾ, ਤੁਹਾਨੂੰ ਅਮਰੀਕਾ ਮੰਨਦਾ, ਤੁਹਾਨੂੰ ਇੰਗਲੈਂਡ ਮੰਨਦਾ ਤੁਹਾਨੂੰ ਵੀ ਤੁਸੀਂ ਇਹਦੇ ਅਧਿਕਾਰੀ ਹੋ, ਕਿਉਂਕਿ ਉਸ ਦੀ ਉਹਦੇ ਵੈਰ ਜਿਹੜੇ ਬੰਦੇ ਪਏ ਸੀ ਉਹ ਸਧਾਰਨ ਬੰਦੇ ਨੇ। ਕਪੂਰ ਸਿੰਘ ਦੇ ਵੇਖੋ ਉਹਦੇ ਵੈਰੀ ਕੌਣ ਹੈ, ਹਿੰਦੁਸਤਾਨ ਦਾ ਗ੍ਰਹਿ ਮੰਤਰੀ ਉਹਦਾ ਵੈਰੀ ਹੈ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਉਹਦਾ ਵੈਰੀ ਹੈ, ਹਿੰਦੁਸਤਾਨ ਦੀ ਜੁਡੀਸ਼ਰੀ ਉਹਦੀ ਵੈਰੀ ਹੈ। ਉਹਨੇ ਸਾਰਿਆਂ ਦੇ ਸਾਹਮਣੇ ਆਪਣਾ ਸਿਰ ਚੁੱਕ ਕੇ ਰੱਖਿਆ, ਗੈਰਤ ਨਾਲ ਗੱਲ ਕੀਤੀ ਹੈ ਔਰ ਅਖੀਰ ਤੱਕ ਝੁਕਿਆ ਨਹੀਂ। ਜੱਜਾਂ ਨੇ ਆਪ ਉਹਨਾਂ ਨੂੰ ਕਿਹਾ ਕਿ ਹਕੂਮਤ ਹੀ ਤੈਨੂੰ ਖਤਮ ਕਰਨਾ ਚਾਹੁੰਦੀ ਹੈ, ਕਾਨੂੰਨ ਤੇਰੇ ਹੱਕ ਵਿੱਚ ਨਹੀਂ ਜਾਏਗਾ। ਤਾਂ ਉਹਨਾਂ ਨੇ ਉਸ ਵੇਲੇ ਇਸ ਸਾਰੇ ਕੁਛ ਦੇ ਵਿੱਚੋਂ, ਇਸ ਜਿਹੜਾ ਕਹਿ ਲਓ ਕਿ ਮੁਕੱਦਮੇ ਦੇ ਵਿੱਚੋਂ, ਸਿੱਖਾਂ ਨੂੰ ਇਹ ਸਮਝਾਇਆ, ਇਹ ਦਿਖਾਇਆ ਕਿ ਇਕੱਲੀ ਸੌਫਟ ਪਾਵਰ ਨਾਲ ਤੁਹਾਡਾ ਕੱਖ ਨਹੀਂ ਬਣਨਾ। ਤੁਸੀਂ ਜਿੰਨੇ ਮਰਜ਼ੀ ਲਿਆਕਤਦਾਰ ਬਣ ਜਾਓ, ਤੁਸੀਂ ਚੰਗੇ ਆਰਕੀਟੈਕਟ ਹੋਵੋ, ਤੁਸੀਂ ਚੰਗੇ ਡਾਕਟਰ ਹੋਵੋ, ਤੁਸੀਂ ਚੰਗੇ ਪੋਇਟ ਹੋਵੋ, ਤੁਹਾਨੂੰ ਇਹਨਾਂ ਚੀਜ਼ਾਂ ਨੇ ਕਿਤੇ ਨਹੀਂ ਲੈ ਕੇ ਜਾਣਾ ਜਦ ਤੱਕ ਤੁਹਾਡੇ ਕੋਲ ਰਾਜਸੀ ਸ਼ਕਤੀ ਨਹੀਂ, ਜਦ ਤੱਕ ਤੁਸੀਂ ਪ੍ਰਭੂ ਸੱਤਾ ਸੰਪੰਨ ਹਸਤੀ ਦੇ ਮਾਲਕ ਨਹੀਂ ਬਣਦੇ ਜਿਹਦੇ ਤੁਸੀਂ ਜਨਮ ਸਿੱਧ ਅਧਿਕਾਰੀ ਹੋ, ਤਦ ਤੱਕ ਤੁਹਾਡੀਆਂ ਇਹਨਾਂ ਸੌਫਟ ਪਾਵਰ ਵਾਲੀਆਂ ਸਕਿੱਲਸ ਦਾ ਕੋਈ ਮਾਇਨਾ ਨਹੀਂ ਹੈ, ਜਿਹਦੇ ਕਿ ਉਹ ਖੁਦ ਗਵਾਹ ਸਨ। ਇਸੇ ਗੱਲ ਨੂੰ ਉਹਨਾਂ ਨੇ ਇਸ ਸਾਚੀ ਸਾਥੀ ਵਿੱਚ ਕਰਦੇ ਆ। ਅਤੇ ਇਹ ਜਿਹੜੀ ਉਹ ਇੰਨੀ ਊਰਜਾ ਅਤੇ ਇੰਨਾ ਬਲ ਸਾਡੇ ਵਿੱਚ ਭਰ ਰਹੇ, ਉਹ ਕਾਹਦੇ ਲਈ ਭਰ ਰਹੇ? ਉਹ ਇਸੇ ਕਰਕੇ ਭਰ ਰਹੇ, ਭਵਿੱਖ ਵੱਲ ਵੱਧ ਜਾਓ, ਅੱਗੇ ਵੱਲ ਵੱਧ ਜਾਓ, ਅਤੇ ਜਿਹੜੇ ਜਿਹੜਾ ਕੁਛ ਹੋਇਆ ਆ ਉਹਦੇ ਵਿੱਚ ਜਿਹੜੇ ਅਸਲੀ ਕਾਰਨ ਆ ਉਹ ਉਹਨਾਂ ਨੇ ਤੁਹਾਡੇ ਸਾਹਮਣੇ ਲਿਖਤੀ ਦੇ ਦਿੱਤੇ ਆ ਕਿ ਉਹਨੂੰ ਪਛਾਣ ਲਓ। ਇਸ ਜਿਹੜਾ ਹਿੰਦੂ ਤਖ਼ਤ ਹੈ ਇਹਦੇ ਜ਼ੇਰੇ ਸਾਇਆ ਤੁਹਾਡੀ ਸ਼ਖਸੀਅਤ ਪੂਰਨ ਵਿਕਾਸ ਵਿੱਚ ਨਹੀਂ ਮੌਲ ਸਕੇਗੀ, ਇਸ ਗੱਲ ਦੀ ਗਵਾਹੀ ਸਰਦਾਰ ਕਪੂਰ ਸਿੰਘ ਨੇ ਦਿੱਤੀ। ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਮੇਲ ਸਿੰਘ ਜੀ, ਅੱਜ ਦੀ ਇਸ ਸਭਾ ਵਿੱਚ ਹਾਜ਼ਰ ਡਾਕਟਰ ਮੇਹਰ ਸਿੰਘ ਜੀ, ਹੋਰ ਮੁਅੱਜ਼ਜ਼ ਹਾਜ਼ਰੀਨ, ਸਰਦਾਰ ਪਰਮਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਸਾਹਿਬ ਦਾ ਬਹੁਤ ਮਸ਼ਕੂਰ ਹਾਂ ਜਿਨ੍ਹਾਂ ਨੇ ਇਹ ਲਾਇਕ ਸਮਝਿਆ ਕਿ ਯੂਨੀਵਰਸਿਟੀ 'ਚ ਆ ਕੇ ਸਰਦਾਰ ਕਪੂਰ ਸਿੰਘ ਜੀ ਬਾਰੇ ਗੱਲ ਕੀਤੀ ਜਾਵੇ। ਤੋ ਇੱਕ ਪੰਕਤੀ ਜਿਸ ਦੇ ਉੱਪਰ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ, ਮੱਛਲੀ ਜਾਲ ਨਾ ਜਾਣਿਆ ਸਰਖਾ ਰਾਸਗਾ, ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ। ਇਹ ਉਹ ਗੱਲ ਸੀ ਜਿਸ ਗੱਲ ਨੇ ਸਰਦਾਰ ਕਪੂਰ ਸਿੰਘ ਦੀ ਜੀਨੀਅਸ ਨੂੰ ਪ੍ਰਗਟ ਕੀਤਾ। ਉਹ ਵਿਸਾਘਾਤ ਜਿਹੜਾ ਸਾਰੀ ਸਿੱਖ ਜਾਤੀ ਨਾਲ ਹੋਇਆ, ਉਸ ਪੀੜ ਦਾ ਨੁਮਾਇੰਦਾ ਬਣਿਆ ਸਰਦਾਰ ਕਪੂਰ ਸਿੰਘ। ਅਤੇ ਸਰਦਾਰ ਕਪੂਰ ਸਿੰਘ ਨੇ ਫਿਰ ਇਸ ਗੱਲ ਦੀ ਗਵਾਹੀ ਦਿੱਤੀ, ਉਹਨਾਂ ਨੇ ਫਿਰ ਇਹ ਕਿਤਾਬ ਲਿਖੀ, ਸਾਚੀ ਸਾਖੀ। ਕਿਤਾਬਾਂ ਤਾਂ ਉਹਨਾਂ ਦੀਆਂ ਹੋਰ ਵੀ ਬਹੁਤ ਨੇ, ਉਹਨਾਂ ਨੇ ਛੋਟੇ ਬੱਚਿਆਂ ਲਈ ਵੀ ਲਿਖਿਆ, ਉਹਨਾਂ ਨੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਲਈ ਵੀ ਲਿਖਿਆ, ਉਹਨਾਂ ਨੇ ਸਿੱਖਾਂ ਦੀ ਹੋਣੀ ਬਾਰੇ ਵੀ ਲਿਖਿਆ, ਉਹਨਾਂ ਨੇ ਸਿੱਖਾਂ ਦੇ ਭਵਿੱਖ ਲਈ ਵੀ ਲਿਖਿਆ, ਉਹਨਾਂ ਨੇ ਸਿੱਖਾਂ ਨੂੰ ਫਸੀ ਹੋਈ ਹਾਲਤ ਵਿੱਚੋਂ ਕੱਢਣ ਲਈ ਇੱਕ ਬਹੁਤ ਵੱਡਾ ਦਸਤਾਵੇਜ਼
ਹਿੰਦੁਸਤਾਨ ਦੇ ਦਿੱਲੀ ਤਖ਼ਤ ਦੇ ਨਾਲ ਗੱਲ ਕਰਨ ਲਈ ਮੇਜ਼ 'ਤੇ ਬਹਿ ਕੇ ਬਰਾਬਰ ਦੀ ਧਿਰ ਬਣ ਕੇ ਅਣਖ ਅਤੇ ਗੈਰਤ ਨਾਲ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੇ ਕਾਬਲ ਬਣਾਉਣ ਵਾਲਾ ਉਹ ਦਸਤਾਵੇਜ਼ ਵੀ ਸਰਦਾਰ ਕਪੂਰ ਸਿੰਘ ਨੇ ਲਿਖਿਆ। ਤੋ ਕਿ ਕਪੂਰ ਸਿੰਘ ਇਹ ਬਹੁਤ ਵੱਡੀ ਜੀਨੀਅਸ ਹੈ ਆਪਣੇ ਸਮੇਂ ਦੀ, ਅਤੇ ਜੀਨੀਅਸ ਦੀ ਇਹ ਖੂਬੀ ਹੁੰਦੀ ਹੈ ਕਿ ਉਹ ਇੱਕ ਸਮੇਂ 'ਚ ਨਹੀਂ ਹੁੰਦਾ, ਉਹ ਬਹੁਤ ਦੂਰ ਦਰਾਜ ਤੱਕ ਉਹਦੀਆਂ ਜੜ੍ਹਾਂ ਹੁੰਦੀਆਂ ਅਤੇ ਉਹਦਾ ਅਸਰ ਹੁੰਦਾ। ਤੋ ਅੱਜ ਵੀ ਜੇ ਆਪਾਂ ਗੱਲ ਕਰਨੀ ਹੋਵੇ ਕਿ ਸਿੱਖਾਂ ਦੀ ਵਿਗੜੀ ਸੰਵਾਰਨ ਦੇ ਲਈ ਕਿਹਦੇ 'ਤੇ ਟੇਕ ਰੱਖੀ ਜਾਵੇ ਤਾਂ ਉਹ ਗਿਣਵੇਂ ਚੁਣਵੇਂ ਬੰਦੇ ਹੀ ਨੇ, ਕਿਉਂਕਿ ਜੀਨੀਅਸ ਬਹੁਤ ਵੱਡੀ ਮਾਤਰਾ ਵਿੱਚ ਨਹੀਂ ਹੋਇਆ ਕਰਦੀ। ਸਾਡੇ ਕੋਲ 3-4 ਬੰਦੇ ਹੀ ਨੇ ਗਿਣਨਯੋਗ, ਭਾਈ ਗੁਰਦਾਸ ਜੀ ਤੋਂ ਬਾਅਦ ਗੁਰਸਿੱਖਾਂ ਦੇ ਵਿੱਚੋਂ ਜਿਨ੍ਹਾਂ ਨੇ ਬਹੁਤ ਉੱਤਮ ਅਕਲ ਨੂੰ ਜਾਂ ਪ੍ਰਤਿਭਾ ਦੀ ਸੂਖਮਤਾ ਨੂੰ ਪ੍ਰਗਟ ਕੀਤਾ, ਉਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਸ਼ੁਮਾਰ ਕਰ ਸਕਦੇ ਹਾਂ। ਸਰਦਾਰ ਕਪੂਰ ਸਿੰਘ ਜੀ, ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਡਾਕਟਰ ਗੁਰਭਗਤ ਸਿੰਘ, ਇਹ ਉਹ ਹੀਰੇ ਆ ਜਿਨ੍ਹਾਂ ਦੇ ਉੱਤੇ ਨਿਰਭਰ ਕਰਕੇ ਤੁਸੀਂ ਦੁਨੀਆ ਦੇ ਨਾਲ ਗੱਲ ਕਰ ਸਕਦੇ ਹੋ ਕਿ ਅਸੀਂ ਕੌਣ ਹਾਂ, ਸਾਡੀ ਪਛਾਣ ਕੀ ਹੈ, ਸਾਡੀ ਹਸਤੀ ਨੇ ਇਸ ਦੁਨੀਆ ਦੇ ਉੱਤੇ ਕਿਹੜੇ ਮੁੱਲ ਪੈਦਾ ਕੀਤੇ ਨੇ, ਉਹ ਸਾਨੂੰ ਇਹਨਾਂ ਤੋਂ ਮਿਲਦੇ ਨੇ। ਤੋ ਜੀਨੀਅਸ ਬਾਰੇ ਦੁਨੀਆ ਦੇ ਜਿਹੜੇ ਸਿਆਣੇ ਬੰਦੇ ਆ ਉਹ ਇਹ ਕਹਿੰਦੇ ਆ ਕਿ ਕਿਸੇ ਬੰਦੇ ਨੂੰ ਜੀਨੀਅਸ ਕਹਿਣਾ ਹੋਵੇ ਤਾਂ ਹੀ ਕਿਹਾ ਜਾ ਸਕਦਾ ਜੇਕਰ ਉਹ ਮੌਲਿਕ ਹੋਵੇ, ਉਹਨੇ ਕਿਸੇ ਤੋਂ ਕੋਈ ਉਧਾਰਾ ਨਾ ਲਿਆ ਹੋਵੇ, ਉਹ 'ਤੇ ਕਿਸੇ ਦੀ ਛਾਪ ਨਾ ਹੋਵੇ। ਸਰਦਾਰ ਕਪੂਰ ਸਿੰਘ ਬਹੁਤ ਹੀ ਮੌਲਿਕ ਸੋਚ ਹੈ ਅਤੇ ਬਹੁਤ ਹੀ ਮੌਲਿਕ ਲਿਖਤ ਹੈ। ਸੋਚ ਮੌਲਿਕ ਹੈ, ਇਹ ਐਨਾਲਿਸਿਸ ਦੀ ਮੰਗ ਕਰਦੀ ਇਹ ਚੀਜ਼, ਪਰ ਇੱਕ ਜਿਹੜੀ ਸਧਾਰਨ ਪਾਠਕ ਨੂੰ ਵੀ ਸਮਝ ਲੱਗ ਜਾਂਦੀ ਹੈ ਉਹ ਹੈ ਮੁਹਾਵਰਾ, ਬੋਲੀ। ਜਦੋਂ ਉਹਨਾਂ ਦੀ ਲਿਖਤ ਨੂੰ ਪੜ੍ਹਦੇ, ਕਿਉਂਕਿ ਅੱਜ ਦੀ ਇਸ ਗੱਲਬਾਤ ਦਾ ਦਾਇਰਾ ਪੰਜਾਬੀ ਲਿਖਤਾਂ ਉੱਪਰ ਹੈ, ਤਾਂ ਮੈਂ ਇਹ ਮੰਨਦਾ ਕਿ ਜਿਹੜੀਆਂ ਪੰਜਾਬੀ ਦੀਆਂ ਸ਼ੈਲੀਆਂ ਨੇ 5-6, ਜਿਵੇਂ ਬਲਵੰਤ ਗਾਰਗੀ ਵੀ ਇੱਕ ਸ਼ੈਲੀ ਹੈ ਆਪਣੇ ਆਪ ਵਿੱਚ, ਉਵੇਂ ਪੰਜਾਬੀ ਦੀਆਂ ਲਿਖਤਾਂ ਵਿੱਚ ਸਰਦਾਰ ਕਪੂਰ ਸਿੰਘ ਦੀ ਸ਼ੈਲੀ ਵੀ ਇੱਕ ਨਿੱਗਰ ਅਤੇ ਮੌਲਿਕ ਸ਼ੈਲੀ ਹੈ, ਉਸ ਵਰਗਾ ਕੋਈ ਹੋਰ ਨਹੀਂ ਲਿਖ ਸਕਿਆ। ਕਿਉਂ ਹੈ? ਕਿਉਂਕਿ ਉਹਨਾਂ ਦੇ ਕੋਲ ਬੋਲੀ ਦਾ ਬਹੁਤ ਵੱਡਾ ਭੰਡਾਰ ਹੈ, ਚਾਹੇ ਉਹ ਸੰਸਕ੍ਰਿਤ ਦੇ, ਚਾਹੇ ਉਹ ਪਾਲੀ ਤੱਕ ਉਹਦੀਆਂ ਜੜ੍ਹਾਂ ਜਾਂਦੀਆਂ ਨੇ, ਚਾਹੇ ਦੂਜੇ ਪਾਸਿਓਂ ਅਰਬੀ ਅਤੇ ਪਰਸ਼ੀਅਨ ਦੀਆਂ ਉਹਨਾਂ ਦੇ ਕੋਲ ਚੀਜ਼ਾਂ ਹਨ, ਜਾਂ ਫਿਰ ਅੰਗਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਤੱਕ ਉਹਨਾਂ ਦੀ ਪਹੁੰਚ ਜਾਂਦੀ ਹੈ, ਤਾਂ ਉਹ ਬੋਲੀ ਦੇ ਇੱਕ ਸਰਦਾਰ ਨੇ, ਜਿਹਦਾ ਕਰਕੇ ਉਹਨਾਂ ਦੀ ਜਿਹੜੀ ਸ਼ੈਲੀ ਹੈ ਜਦੋਂ ਉਹ ਲਿਖਦੇ ਨੇ ਲੇਖ, ਭਾਵੇਂ ਉਹ ਮਹਿੰਜੋਦੜੋ ਬਾਰੇ ਲਿਖਦੇ ਆ, ਭਾਵੇਂ ਉਹ ਨਿੱਕੇ ਬੱਚਿਆਂ ਨੂੰ ਕਿਸੇ ਜਾਨਵਰ ਦੇ ਬਾਰੇ, ਕਿਸੇ ਸਪੀਸੀਜ਼ ਬਾਰੇ ਦੱਸਣ, ਚਾਹੇ ਉਹ +1-2 'ਚ ਪੜ੍ਹਦੇ ਬੱਚਿਆਂ ਨੂੰ ਖਗੋਲ ਵਿੱਦਿਆ ਬਾਰੇ ਦੱਸਦੇ ਹੋਣ, ਜਦੋਂ ਲੱਖ ਆਕਾਸ਼ਾਂ ਆਕਾਸ਼ ਲਿਖਦੇ ਹੈ, ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਬੋਲੀ ਦਾ ਘੇਰਾ ਕਿੰਨਾ ਵਸੀਹ ਹੈ ਅਤੇ ਕੀ ਉਹਦੀ ਸ਼ਬਦਾਵਲੀ ਹੈ। ਜਦੋਂ ਫਿਰ ਉਹ ਵਿਗਿਆਨ ਦੀਆਂ ਬਾਰੀਕੀਆਂ ਬਾਰੇ ਲਿਖਣ ਲੱਗਦੇ ਨੇ, ਤਾਂ ਫਿਰ ਉਹਨਾਂ ਨੂੰ ਵਿਗਿਆਨ ਦੀ ਉਸ ਵੇਲੇ ਦੁਨੀਆ ਵਿੱਚ ਚੱਲ ਰਹੀ ਖੋਜ ਦਾ ਵੀ ਪੂਰਾ ਪਤਾ ਹੁੰਦਾ, ਅਤੇ ਉਸੇ ਹੀ ਜਿਹੜੀ ਟਰਮੀਨੋਲੋਜੀ ਹੈ ਉਹਦੇ ਬਰਾਬਰ ਦਾ ਆਪਣੀ ਪਰੰਪਰਾ 'ਚੋਂ ਸ਼ਬਦ ਲੱਭ ਕੇ ਲਿਖਣ ਦੀ ਕੋਸ਼ਿਸ਼ ਕਰਦੇ। ਜਦੋਂ ਉਹ ਧਰਮ 'ਤੇ ਲਿਖਦੇ ਆ
ਅਤੇ ਚਾਹੇ ਉਹਨਾਂ ਨੂੰ ਪਾਲੀ 'ਚੋਂ ਲਫ਼ਜ਼ ਲੱਭ ਕੇ ਲਿਆਉਣਾ ਪਵੇ, ਚਾਹੇ ਉਹਨਾਂ ਨੂੰ ਅਰਬੀ 'ਚੋਂ ਲੱਭ ਕੇ ਲਿਆਉਣਾ ਪਵੇ, ਜਾਂ ਵੱਡੇ ਜਿਹੜੇ ਦੁਨੀਆ 'ਤੇ ਮਸਲੇ ਨੇ ਜਿਵੇਂ ਵਹਿਦਤੁਲ ਵਜੂਦ ਅਤੇ ਵਹਿਦਤੁਲ ਸ਼ਹੂਦ ਬਾਰੇ ਉਹਨਾਂ ਨੇ ਲਿਖਿਆ, ਜਾਂ ਫਿਰ ਉਹਨਾਂ ਨੇ ਸ਼ਹਾਦਤਾਂ ਦੇ ਪਿੱਛੇ ਮੁਜੱਦਦ ਅਲਫਥਾਨੀ ਦਾ ਜੇ ਕਿਰਦਾਰ ਕੰਮ ਕਰਦਾ ਸੀਗਾ, ਜਿਹੜੀ ਉਹ ਸੋਚ ਹੈ ਨਕਸ਼ਬੰਦੀ ਸਿਲਸਿਲੇ ਦੀ ਪੰਚਮ ਪਾਤਸ਼ਾਹ ਤੋਂ ਲੈ ਕੇ ਛੋਟੇ ਸਾਹਿਬਜ਼ਾਦੇ ਦੇ ਸ਼ਹੀਦੀਆਂ ਤੱਕ ਜਿਹਨੇ ਆਪਣਾ ਅਸਰ ਪਾਇਆ, ਉਸ ਤੋਂ ਬਾਅਦ ਉਸੇ ਹੀ ਚੀਜ਼ ਨੂੰ ਉਹ ਕਮਿਊਨਲ ਅਵਾਰਡ ਦੇ ਵਿੱਚ ਵਰਤਦੀ ਦੇਖਦੇ ਨੇ ਤਾਂ ਸਾਨੂੰ ਪਤਾ ਲੱਗਦਾ ਕਿ ਕਪੂਰ ਸਿੰਘ ਇੱਕ ਮੌਲਿਕ ਜੀਨੀਅਸ ਹੈ। ਤਾਂ ਇਹ ਉਹਨਾਂ ਦੀ ਮੌਲਿਕਤਾ ਦੀ ਗੱਲ ਹੈ, ਇਸ ਨੂੰ ਕੋਈ ਇਨਕਾਰ ਨਹੀਂ ਕਰ ਸਕਦਾ। ਅਤੇ ਇਹ ਲਿਸ਼ਕਦੀ ਹੈ ਸੂਰਜਵਤ ਪ੍ਰਕਾਸ਼ਮਾਨ। ਦੂਸਰੀ ਚੀਜ਼ ਹੈ ਕਿ ਉਹਨਾਂ ਦੇ ਕੋਲ ਇੱਕ ਵਿਲੱਖਣ ਅਤੇ ਤੀਖਣ ਬੌਧਿਕ ਸਮਰੱਥਾ ਹੈ ਜਿਹੜੀ ਉਸ ਵੇਲੇ ਦੇ ਬੰਦਿਆਂ ਦੇ ਕੋਲ ਸਾਰਿਆਂ ਕੋਲ ਨਹੀਂ ਸੀ ਜਿਹੜੇ ਹਿੰਦੁਸਤਾਨ ਵਿੱਚ ਕਿਸੇ ਵੀ ਤਰ੍ਹਾਂ ਮੰਚ ਉੱਤੇ ਕਾਰਜਸ਼ੀਲ ਸਨ, ਚਾਹੇ ਉਹ ਬਿਊਰੋਕਰੇਸੀ ਦੇ ਬੰਦੇ ਸਨ, ਚਾਹੇ ਉਹ ਰਾਜਨੀਤਿਕ ਧਿਰਾਂ ਦੇ ਬੰਦੇ ਸਨ, ਅਤੇ ਚਾਹੇ ਉਹ ਧਰਮ ਅਧਿਐਨ ਨਾਲ ਜੁੜੀਆਂ ਸ਼ਖਸੀਅਤਾਂ ਸਨ, ਉਹਨਾਂ ਦਾ ਘੇਰਾ ਬਹੁਤ ਵੱਡਾ ਹੈ। ਉਸ ਵੇਲੇ ਜਦੋਂ ਇਸ ਚੀਜ਼ ਦੀ ਲੋੜ ਸੀ ਮਹਿਸੂਸ ਕਰਨ ਦੀ ਕਿ ਕੀ ਹੋਣ ਜਾ ਰਿਹਾ, ਮੁਲਕ ਦੀ ਵੰਡ ਕਿਹਨਾਂ ਆਧਾਰਾਂ 'ਤੇ ਹੋਣ ਜਾ ਰਹੀ ਹੈ, ਮੁਗਲ ਅੰਗਰੇਜ਼ਾਂ ਨੂੰ ਆਪਣਾ ਰਾਜ ਭਾਗ ਦੇ ਕੇ ਗਏ ਤਾਂ ਅੰਗਰੇਜ਼ਾਂ ਨੇ ਤਿੰਨ ਜਾਤੀਆਂ ਨੂੰ ਜਾਂ ਤਿੰਨ ਕੌਮਾਂ ਨੂੰ ਰਾਜ ਭਾਗ ਦੀਆਂ ਜਨਮ ਸਿੱਧ ਅਧਿਕਾਰੀ ਮੰਨਿਆ। ਇਹ ਵਾਕ ਸਰਦਾਰ ਕਪੂਰ ਸਿੰਘ ਦਾ। ਉਹ ਤਿੰਨ ਜਾਤੀਆਂ ਸਨ, ਮੁਸਲਮਾਨ, ਹਿੰਦੂ ਅਤੇ ਸਿੱਖ। ਤਾਂ ਉਸ ਵੇਲੇ ਜਿਹੜਾ ਕਮਿਊਨਲ ਅਵਾਰਡ ਆਇਆ ਜਿਹਨੇ ਇਹ ਧਰਮ ਦੇ ਆਧਾਰ 'ਤੇ ਕਮਿਊਨਿਟੀ ਕਮਿਊਨਲ ਮੁੱਲਾਂ ਨੂੰ ਆਧਾਰ ਬਣਾ ਕੇ ਇੱਥੋਂ ਦੇ ਲੋਕਾਂ ਨੂੰ ਰਾਜ ਭਾਗ ਵਿੱਚ ਹੱਕ ਦੇਣੇ ਸਨ, ਸ਼ਮੂਲੀਅਤ ਕਰਵਾਉਣੀ ਸੀਗੀ, ਤਾਂ ਉਸ ਵੇਲੇ ਦੀ ਇਸ ਚੀਜ਼ ਨੂੰ ਸਮਝਣ ਦੀ ਸਮਰੱਥਾ ਨਾ ਸਿੱਖਾਂ ਦੇ ਰਾਜਨੀਤਿਕ ਆਗੂਆਂ ਪਾਸ ਸੀ, ਨਾ ਸਿੱਖਾਂ ਦੇ ਉਸ ਵੇਲੇ ਦੇ ਯੂਨੀਵਰਸਿਟੀ ਕਲਚਰ ਵਿੱਚ ਪੜ੍ਹ ਰਹੇ ਬੰਦਿਆਂ ਦੇ ਕੋਲ ਸੀ, ਅਤੇ ਨਾ ਹੀ ਉਸ ਵੇਲੇ ਧਾਰਮਿਕ ਕਿਸਮ ਦੇ ਆਗੂਆਂ ਦੇ ਕੋਲ ਇਹ ਚੀਜ਼ ਸੀ। ਤਾਂ ਉਸ ਵੇਲੇ ਉਹਨਾਂ ਦੀ ਜਿਹੜੀ ਵਿਲੱਖਣਤਾ ਆ ਉਹ ਇਸ ਰੂਪ ਵਿੱਚ ਪ੍ਰਗਟ ਹੋਈ ਕਿ ਉਹਨਾਂ ਨੂੰ ਮਹਿਸੂਸ ਹੋ ਗਿਆ ਕਿ ਹੁਣ ਜਿਹੜਾ ਸਿੱਖਾਂ ਦੇ ਨਾਲ ਕੀ ਹੋਣ ਜਾ ਰਿਹਾ ਹੈ। ਉਹਨਾਂ ਨੇ ਕੋਸ਼ਿਸ਼ ਕੀਤੀ, ਉਹ ਕੋਸ਼ਿਸ਼ ਨਾਕਾਮ ਹੋਈ, ਔਰ ਉਹਨਾਂ ਦੀ ਇਸ ਸਮਰੱਥਾ ਨੂੰ ਸਮਝਦਿਆਂ ਹੋਇਆਂ ਜੋ ਨਹਿਰੂ ਅਤੇ ਪਟੇਲ ਨੇ ਉਹਨਾਂ ਦੇ ਨਾਲ ਕੀਤਾ, ਉਹਦੀ ਇਹ ਗਵਾਹੀ ਹੈ ਸਾਰਾ ਇਹਦੇ ਵਿੱਚ ਜਿਹੜਾ ਥੀਸਿਸ ਹੈ। ਇਹਦੇ ਵਿੱਚ ਤਿੰਨ ਚੀਜ਼ਾਂ ਮਹੱਤਵਪੂਰਨ ਹਨ ਜਾਂ ਤਿੰਨ ਥੀਸਿਸ ਹਨ, ਉੱਦਾਂ ਦੇ ਜ਼ਿਆਦਾ ਥੀਸਿਸ ਵੀ ਹੈਗੇ ਇਹਦੇ ਵਿੱਚ, ਪਰ ਤਿੰਨ ਵੱਡੇ ਮੈਂ ਮੰਨਦਾ। ਉਹ ਇੱਕ ਇਹ ਹੈ ਕਿ ਉਹਨਾਂ ਨੇ ਸਿੱਖਾਂ ਦੇ ਨਾਲ ਜੋ ਹੋਣ ਜਾ ਰਿਹਾ ਸੀਗਾ ਉਹਦੀ ਪਛਾਣ ਕਰ ਲਈ। ਇੱਕ ਸਾਚੀ ਸਾਖੀ ਦਾ ਬਹੁਤ ਵੱਡਾ ਪੱਖ ਹੈ, ਬਹੁਤ ਵੱਡਾ ਥੀਸਿਸ ਹੈ, ਜਿਹਦੇ ਵਿੱਚ ਉਹ ਇਹ ਪਛਾਣਦੇ ਆ ਕਿ ਜਿਹੜੀ ਅੰਗਰੇਜ਼ ਹਕੂਮਤ ਹੈ ਉਹ ਜਦੋਂ ਇੱਥੋਂ ਦੇ ਰਾਜ ਭਾਗ ਦੀ ਵੰਡ ਉਸ ਰਾਜ ਭਾਗ ਦੇ ਹੱਕੀ ਵਾਰਸਾਂ ਨੂੰ ਕਰੇਗੀ ਤਾਂ ਉਹਦੇ ਵਿੱਚ ਸਿੱਖਾਂ ਨੂੰ ਕੁਝ ਬਹੁਤਾ ਪ੍ਰਾਪਤ ਹੋਣ ਵਾਲਾ ਨਹੀਂ ਹੈ। ਅਤੇ ਇੱਥੇ ਸਾਨੂੰ ਕੀ ਕਰਨਾ ਚਾਹੀਦਾ, ਉਹਨਾਂ ਨੇ ਚਾਰਾਜੋਈ ਵੀ ਕੀਤੀ ਜੋ ਕਿ ਇਹਦੇ 'ਚ ਇਤਿਹਾਸਕ ਤੌਰ 'ਤੇ ਦਰਜ ਹੈ। ਦੂਜਾ ਉਹਨਾਂ ਨੇ ਪਛਾਣਿਆ ਕਿ ਜਦੋਂ ਉਹ ਰਾਜ ਭਾਗ ਵੰਡਣ ਦੇ ਲਈ ਕਮਿਊਨਲ ਅਵਾਰਡ ਆਇਆ ਤਾਂ ਉਹ ਕਮਿਊਨਲ ਅਵਾਰਡ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹਦਾ ਕਰਕੇ ਮੁਸਲਮਾਨਾਂ ਨੂੰ ਅਤੇ ਹਿੰਦੂਆਂ ਨੂੰ ਉਹ
ਉਸੇ ਰੂਪ ਵਿੱਚ ਪ੍ਰਵਾਨ ਨਹੀਂ ਜਿਵੇਂ ਉਹਨੂੰ ਅੰਗਰੇਜ਼ ਲੈ ਕੇ ਆ ਰਹੇ ਨੇ। ਅਤੇ ਉਹ ਚੀਜ਼ਾਂ ਉਹਨਾਂ ਨੇ ਪਛਾਣੀਆਂ ਔਰ ਉਹ ਦਰਜ ਕੀਤੀਆਂ, ਕਿਉਂਕਿ ਕਮਿਊਨਲ ਅਵਾਰਡ ਜਿਹੜਾ ਸੀਗਾ ਉਹ ਇਹ ਮੰਨਦਾ ਸੀ ਕਿ ਹਿੰਦੁਸਤਾਨ ਇਕੱਠਾ ਰਹਿਣਾ ਚਾਹੀਦਾ, ਇਹਦੇ ਵਿੱਚ ਵੰਡ ਨਹੀਂ ਹੋਣੀ ਚਾਹੀਦੀ। ਔਰ ਦੂਸਰਾ, ਤਿੰਨ ਲੋਕ ਇੱਥੋਂ ਦੇ ਨੇ, ਤਿੰਨ ਸ਼੍ਰੇਣੀਆਂ ਇੱਥੋਂ ਦੀਆਂ ਨੇ ਜਿਨ੍ਹਾਂ ਨੂੰ ਇਸ ਰਾਜ ਭਾਗ ਦੇ ਹਕੀਕੀ ਵਾਰਸ ਮੰਨਿਆ ਗਿਆ ਸੀਗਾ, ਅਤੇ ਉਹਨਾਂ ਦੀ ਇਹਦੇ ਵਿੱਚ ਸਹਿਹੋਂਦ ਬਰਾਬਰਤਾ ਬਰਕਰਾਰ ਰਹਿਣੀ ਚਾਹੀਦੀ ਹੈ, ਉਹਨਾਂ ਨੂੰ ਇੱਜ਼ਤਦਾਰ ਸ਼ਹਿਰੀ ਦਾ ਦਰਜਾ ਮਿਲਣਾ ਚਾਹੀਦਾ। ਅਤੇ ਇਹਦੇ ਪਿੱਛੇ ਮੁਸਲਮਾਨਾਂ ਵੱਲੋਂ ਨਾ ਮੰਨਣ ਦੀ ਜਿਹੜੀ ਦਲੀਲ ਸੀਗੀ ਉਹ ਵਹਿਤੁਲ ਵਜੂਦ ਅਤੇ ਵਹਿਤੁਲ ਸ਼ਹੂਦ ਦਾ ਜਿਹੜਾ ਸਿਧਾਂਤ ਦਾ ਝਗੜਾ ਚੱਲ ਰਿਹਾ ਸੀਗਾ ਉਹਨੂੰ ਉਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਇਹਦੇ ਵਿੱਚ ਉਹ ਵਿਚਾਰਿਆ ਹੈ ਸਾਚੀ ਸਾਖੀ ਕਿਤਾਬ ਦੇ ਵਿੱਚ। ਅਤੇ ਇਹਦੇ ਤੋਂ ਸਾਨੂੰ ਜਿਹੜੀਆਂ ਰਾਜ ਘਰਾਣੇ ਦੇ ਨਾਲ ਸਿੱਖ ਸਟਰਗਲ ਦੀਆਂ ਪਰਤਾਂ ਆ ਉਹਦਾ ਪਤਾ ਲੱਗਦਾ, ਇਸਲਾਮ ਦੇ ਨਾਲ ਨਹੀਂ, ਇਸਲਾਮੀ ਹਕੂਮਤ ਦੇ ਨਾਲ ਜਿਹੜੀਆਂ ਸਿੱਖ ਸੰਘਰਸ਼ ਦੀਆਂ ਵੱਖ ਵੱਖ ਪਰਤਾਂ ਨੇ ਉਹਦੇ ਵਿੱਚ ਉਹ ਕਿਵੇਂ ਕੰਮ ਕਰ ਰਿਹਾ। ਉਸ ਤੋਂ ਬਾਅਦ ਉਹਦੇ ਵਿੱਚ ਮੁਹੰਮਦ ਅਲੀ ਜਿਨਾ ਔਰ ਉਹਨਾਂ ਤੋਂ ਥੋੜ੍ਹਾ ਕੁ ਪਹਿਲਾਂ ਮੌਲਾਨਾ ਇਕਬਾਲ ਜੀ ਕਿਵੇਂ ਉਹਦੇ ਚੇਲਿਆਂ ਵਿੱਚ ਸ਼ੁਮਾਰ ਹੁੰਦੇ ਨੇ, ਅਤੇ ਉਸ ਤੋਂ ਬਾਅਦ ਜਿਹੜਾ ਹਿੰਦੁਸਤਾਨ ਵਿੱਚ ਜਿਹੜਾ ਦਿਓਬੰਦ ਵਾਲਾ ਮੁਸਲਮਾਨਾਂ ਦਾ ਧਰਮ ਦਾ ਵੱਡਾ ਕੇਂਦਰ ਹੈ ਉਹਦੇ ਵਿੱਚ ਉਹ ਕਿਵੇਂ ਕੰਮ ਕਰਦਾ ਹੈ, ਇਹ ਸਾਰੀ ਚੀਜ਼ ਦੀ ਪਛਾਣ ਉਸ ਵੇਲੇ ਸਰਦਾਰ ਕਪੂਰ ਸਿੰਘ ਨੇ ਕੀਤੀ ਔਰ ਇਹਦੇ ਉੱਤੇ ਦਰਜ ਕੀਤੀ। ਕਿਉਂਕਿ ਇਸਲਾਮ ਦੇ ਵਿੱਚ ਜਿਹੜੇ ਇਹ ਦੋ ਸਿਧਾਂਤ ਸਨ ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਖੋਲ੍ਹ ਕੇ ਕਰਨੀ ਚਾਹੁੰਦਾ ਤਾਂ ਕਿ ਇਹ ਮਸਲੇ ਨੂੰ ਵਿਦਿਆਰਥੀ ਹੋਰ ਜ਼ਿਆਦਾ ਪੜ੍ਹ ਕੇ ਆਉਣ ਵਾਲੇ ਸਮੇਂ ਵਿੱਚ ਇਹਨੂੰ ਜ਼ਿਆਦਾ ਖੋਲ੍ਹ ਸਕਣ ਕਿ ਇਬਨ ਅਰਬੀ ਉਹਦਾ ਤਖੱਲਸ ਹੈ ਨਾ, ਉਹਦਾ ਮੈਨੂੰ ਵਿਸਰ ਗਿਆ, ਜਿਵੇਂ ਮਜਨੂੰ ਦਾ ਨਾਂ ਕੈਸ ਹੈ ਪਰ ਉਹਦਾ ਤਖੱਲਸ ਮਜਨੂੰ ਹੈ, ਜਨੂੰਨ ਦੀ ਜਿਹੜੀ ਥਾਂ ਬਣ ਗਿਆ। ਤੋ ਇਬਨ ਅਰਬੀ ਉਹ ਅਰਬ ਦਾ ਪੁੱਤਰ ਹੈ, ਇਬਨ ਦਾ ਮਤਲਬ ਪੁੱਤਰ, ਤੋ ਅਰਬ ਦਾ ਉਹ ਪੁੱਤਰ ਹੈ, ਉਹਨੂੰ ਇਹ ਦਰਜਾ ਮਿਲਿਆ ਸੀਗਾ, ਇਹ ਤਖੱਲਸ ਉਹਨੂੰ ਮਿਲਿਆ ਸੀਗਾ ਮੁਸਲਮਾਨ ਕੌਮ ਵੱਲੋਂ, ਔਰ ਬਹੁਤ ਵੱਡਾ ਸਕਾਲਰ ਹੈ। ਉਹਨੇ ਇਹ ਸਿਧਾਂਤ ਦਿੱਤਾ ਸੀਗਾ ਵਹਿਦਤੁਲ ਵਜੂਦ ਦਾ ਸਿਧਾਂਤ। ਵਹਿਦਤ ਵਜੂਦ ਦਾ ਸਿਧਾਂਤ ਇਹ ਕਹਿੰਦਾ ਕਿ ਜਿਹੜਾ ਇਹ ਸਾਰਾ ਪਸਾਰਾ ਕੁਦਰਤ ਦਾ ਫੈਲਿਆ ਹੋਇਆ ਹੈ ਇਹਦੇ ਵਿੱਚ ਅੱਲਾ ਦੀ ਹੋਂਦ ਮੌਜੂਦ ਹੈ, ਅਤੇ ਇਹ ਵਜੂਦ ਕਰਕੇ ਵੀ ਅੱਲਾ ਦੇ ਅੰਸ਼ ਹੋਣ ਕਰਕੇ ਵੀ ਅੱਲਾ ਦੇ ਨਾਲ ਏਕਤਾ ਰੱਖਦੇ ਹੈ। ਅਤੇ ਇਹਦੀ ਕਾਟ ਕੀਤੀ ਮੁਜੱਦਦ ਅਲਫਥਾਨੀ ਸ਼ੇਖ ਅਹਿਮਦ ਸਰਹੰਦੀ ਨੇ ਜੋ ਇੱਥੇ ਨੇੜੇ ਸਰਹੰਦ ਦੇ ਵਿੱਚ ਪੈਦਾ ਹੋਇਆ, ਔਰ ਉਹ ਅਰਬੀ ਸਕੂਲਾਂ ਦੇ ਬਰਾਬਰ ਉਹਨੇ ਹਿੰਦੁਸਤਾਨ ਵਿੱਚ ਇੱਕ ਸਕੂਲ ਖੜ੍ਹਾ ਕੀਤਾ ਜਿਹਨੂੰ ਨਕਸ਼ਬੰਦੀ ਸਕੂਲ ਜਾਂ ਸਰਹੰਦੀ ਸਕੂਲ ਆਪਾਂ ਆਖ ਸਕਦੇ ਹਾਂ। ਉਹਨੇ ਕਿਹਾ ਕਿ ਵਹਿਦਤੁਲ ਸ਼ਹੂਦ ਹੈ, ਅਤੇ ਵਹਿਦਤੁਲ ਸ਼ਹੂਦ ਕੀ ਹੈ, ਸ਼ਹੂਦ ਇਸ ਤਰ੍ਹਾਂ ਦਾ ਕਿ ਉਹ ਕਹਿੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਏਕਤਾ ਹੈ, ਦਰਅਸਲ ਦਰ ਹਕੀਕਤ ਏਕਤਾ ਨਹੀਂ ਹੈ। ਤੋ ਇਹਨਾਂ ਦੋਵਾਂ 'ਚ ਫਰਕ ਕੀ ਸੀ ਕਿ ਜਦੋਂ ਇਸਲਾਮ ਦੀ ਇਹ ਵਿਆਖਿਆ ਆਉਂਦੀ ਹੈ ਕਿ ਅੱਲਾ ਵਾਹਿਦ ਹੈ, ਅੱਲਾ ਇੱਕ ਹੈ, ਉਹ ਲਾ ਸ਼ਰੀਕ ਹੈ, ਤਾਂ ਉਹਦੇ ਵਿੱਚ ਜਿਹੜੀ ਬਹੁਤ ਵੱਡੀ ਗਿਣਤੀ ਹੈ ਕੁਰਾਨੀ ਵਿਆਖਿਆਕਾਰਾਂ ਦੀ, ਉਹਨਾਂ ਨੇ ਅੱਲਾ ਨੂੰ ਲਾ ਸ਼ਰੀਕ ਕਰਦਿਆਂ ਹੋਇਆਂ ਦੂਸਰਿਆਂ ਦੇ ਵਿੱਚ ਅੱਲਾ ਦੀ ਜੋਤ ਪਛਾਣਨ ਵੱਲੋਂ ਇਨਕਾਰ ਕਰ ਦਿੱਤਾ, ਜਿਹਦੇ ਵਿੱਚ ਜਿਹੜੀ ਵੱਡੀ ਕਤਲੋ ਗਾਰਤ ਹੈ ਉਹ ਜਨਮ ਲੈਂਦੀ ਹੈ ਕਿ ਜਿਹੜਾ ਕੁਰਾਨੀ ਨਿਯਮਾਂ ਨੂੰ ਨਹੀਂ ਮੰਨਦਾ ਉਹ ਕਾਫਰ ਹੈ, ਅਤੇ ਉਸ ਦਾ ਕਤਲ ਕਰਨਾ ਜਾਇਜ਼ ਹੈ ਦੂਸਰਿਆਂ ਦੇ ਵਿੱਚ, ਅਦਰ ਜਿਹੜਾ
ਵੈਸਟ ਨੇ ਵੀ ਇਹਦੇ 'ਤੇ ਬਹੁਤ ਡਿਸਕਸ਼ਨ ਕੀਤੀ ਬਾਅਦ 'ਚੋਂ, ਜਦੋਂ ਅਦਰ ਇਜ਼ ਹੈਲ ਵਰਗੇ ਸੈਂਟੈਂਸ ਪੈਦਾ ਹੋਏ ਤਾਂ ਉਸ ਉਦੋਂ ਉਹਨਾਂ ਨੂੰ ਪਤਾ ਲੱਗਾ ਕਿ ਦੂਸਰੇ ਨੂੰ ਆਈ ਐਂਡ ਦੋ ਵਾਲੀ ਗੱਲ ਜਦੋਂ ਚੱਲੀ ਤਾਂ ਉਹਦੇ ਵਿੱਚ ਵੈਸਟਰਨ ਫਿਲੋਸਫੀ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਡਿਸਕਸ ਹੋਇਆ ਕਿ ਅਦਰ ਨੂੰ ਥਾਂ ਦੇਣਾ, ਦੂਸਰੇ ਨੂੰ ਥਾਂ ਦੇਣਾ, ਉਹਦੇ ਅਕੀਦੇ ਨੂੰ ਥਾਂ ਦੇਣਾ, ਉਹਦੀਆਂ ਮਨੌਤਾਂ ਨੂੰ ਥਾਂ ਦੇਣਾ, ਇਹ ਵੱਡੀਆਂ ਵੈਲਿਊਜ਼ ਨੇ। ਅਤੇ ਇਹ ਜਦੋਂ ਅਰਬ ਦੇ ਵਿੱਚ ਐਡਾ ਵੱਡਾ ਸਕੋਲਰ ਇਸ ਨੂੰ ਮਾਨਤਾ ਦੇ ਰਿਹਾ ਸੀ, ਉਹ ਕਹਿੰਦਾ ਸੀ ਜਦੋਂ ਮੈਂ ਪਹਿਲਾਂ ਕਿਸੇ ਹੋਰ ਦੀ ਰੱਬ ਬਾਰੇ ਕੀਤੀ ਹੋਈ ਭਾਵਨਾ ਜੀ ਪ੍ਰਗਟਾਵੇ ਦੀ ਕੋਈ ਕਵਿਤਾ ਪੜ੍ਹਦਾ ਤਾਂ ਉਹ ਮੈਨੂੰ ਆਪਣੀ ਨਹੀਂ ਸੀ ਲੱਗਦੀ, ਪਰ ਹੁਣ ਜਦੋਂ ਮੈਨੂੰ ਇਹ ਸਮਝ ਲੱਗ ਗਈ, ਇਬਨ ਅਰਬੀ ਦੀ ਕਵਿਤਾ ਦਾ ਉਲਥਾ ਆ, ਹੂਬ ਹੂ ਤਾਂ ਨਹੀਂ ਮੈਂ ਆਪਣੇ ਯਾਦ 'ਚੋਂ ਬੋਲ ਰਿਹਾ, ਉਹ ਕਹਿੰਦਾ ਹੁਣ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਹ ਵੀ ਮੇਰਾ ਹੀ ਅਨੁਭਵ ਹੈ ਜਾਂ ਉਹ ਮੇਰੇ ਨਾਲ ਰਲਦਾ ਮਿਲਦਾ ਅਨੁਭਵ, ਭਾਵ ਕਿ ਉਹਨੇ ਦੂਸਰਿਆਂ ਦੇ ਧਾਰਮਿਕ ਅਕੀਦਿਆਂ ਨੂੰ ਧਾਰਮਿਕ ਅਨੁਭਵ ਨੂੰ ਥਾਂ ਦੇਣੀ ਸ਼ੁਰੂ ਕਰ ਦਿੱਤੀ ਸੀਗੀ। ਅਤੇ ਉਹ ਤੋਂ ਫਿਰ ਉਹਨੇ ਵਹਿਦਤੁਲ ਵਜੂਦ ਦਾ ਜਿਹੜਾ ਕੋਨਸੈਪਟ ਉਹ ਬਣਾਇਆ, ਬਹੁਤ ਬਹੁਤ ਵੱਡਾ ਸਕੂਲ ਹੈ ਇਬਨ ਅਰਬੀ ਦਾ, ਛੋਟੀ ਗੱਲ ਨਹੀਂ ਹੈ। ਜਦੋਂ ਇਹ ਗੱਲਬਾਤ ਆਪਾਂ ਇੱਥੇ ਕਰਨੀ ਸੀ ਤਾਂ ਮੈਂ ਮੌਜੂਦਾ ਉਹਨਾਂ ਦੀ ਸਕੋਲਰਸ਼ਿਪ ਦੀਆਂ ਚੀਜ਼ਾਂ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਹੀ ਥੋੜ੍ਹੇ ਬੰਦੇ ਸਨ ਪਾਕਿਸਤਾਨ ਦੇ ਵਿੱਚ ਜਿਹੜੇ, ਕਿਉਂਕਿ ਆਪਾਂ ਨੂੰ ਸਿਰਫ ਪਾਕਿਸਤਾਨ ਵਾਲੀ ਬੋਲੀ ਸਮਝ ਲੱਗਦੀ ਹੈ, ਉਰਦੂ ਦੀ ਮਾੜੀ ਮੋਟੀ ਸਮਝ ਲੱਗਦੀ, ਬਾਕੀ ਪਰਸ਼ੀਅਨ ਅਤੇ ਅਰਬੀ ਆਪਣੇ ਤੋਂ ਬਹੁਤ ਦੂਰ ਹੈ, ਤਾਂ ਉੱਥੇ ਕੀ ਚੱਲਦਾ ਉਹ ਤਾਂ ਆਪਣੀ ਪਕੜ 'ਚ ਨਹੀਂ ਆਉਂਦਾ। ਪਰ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜੀ ਉਹਨਾਂ ਦੀ ਸਕੋਲਰਸ਼ਿਪ ਹੈ, ਬਹੁਤ ਇੱਕ ਦੋ ਬੰਦੇ ਮਿਲੇ ਜਿਹੜੇ ਇਹਦੇ 'ਤੇ ਸਾਫ਼ ਗੱਲ ਕਰਦੇ ਸਨ ਅਤੇ ਕੁਝ ਪੱਲੇ ਪਾਉਂਦੇ ਸਨ, ਬਾਕੀ ਬਹੁਤਾ ਕੁਛ ਜਿਹੜਾ ਆ ਉਹ ਹੋਰ ਕੁਛ ਚੱਲ ਰਿਹਾ ਸੀਗਾ, ਉਹਨਾਂ ਨੂੰ ਉਹਦੀ ਸਮਝ ਨਹੀਂ ਸੀ। ਤਾਂ ਇਹ ਹਾਲਾਤ ਅੱਜ ਵੀ ਨੇ ਮੌਜੂਦ ਕਿ ਦੁਨੀਆ ਦੇ ਵਿੱਚ ਐਡੇ ਵੱਡੇ ਦੋ ਸਕੂਲ ਚੱਲੇ, ਉਹਨਾਂ ਦੀ ਐਡੀ ਵੱਡੀ ਬਹਿਸ ਚੱਲੀ, ਅਤੇ ਪਾਕਿਸਤਾਨ ਦੇ ਕੋਲ ਕੋਈ ਚੋਣਵੇਂ ਸਕੋਲਰ ਨਹੀਂ ਹੈਗੇ ਜਿਹੜੇ ਇਹਦੇ ਉੱਤੇ ਸਾਫ਼ ਗੱਲ ਕਰ ਸਕਣ ਜਿੰਨੀ ਸਾਫ਼ ਗੱਲ ਸਰਦਾਰ ਕਪੂਰ ਸਿੰਘ ਨੇ ਉਸ ਵੇਲੇ ਕੀਤੀ ਸੀ। ਔਰ ਫਿਰ ਉਹ ਕਮਿਊਨਲ ਅਵਾਰਡ, ਉਹ ਜਿਹੜਾ ਕਮਿਊਨਲ ਅਵਾਰਡ ਆ ਉਹਦੇ ਵਿੱਚ ਉਹ ਚੱਲਦੀ ਹੋਈ ਦਿਖਾਉਂਦੇ ਨੇ, ਉਹ ਕਿਵੇਂ ਦਿਖਾਉਂਦੇ ਆ। ਤਾਂ ਵੈਤੁਲ ਵਜੂਦ ਜਿਹੜਾ ਆ ਉਹ ਦੂਸਰਿਆਂ ਦੇ ਵਿੱਚ ਅੱਲਾ ਦੀ ਹੋਂਦ ਨੂੰ ਮੰਨਦਾ ਸੀਗਾ, ਅਤੇ ਇਹਨਾਂ ਨੂੰ ਲੱਗਿਆ ਕਿ ਇਹ ਹੌਲੀ ਹੌਲੀ ਪੈਨਥੀਇਜ਼ਮ ਵੱਲ ਚਲੇਗੀ, ਬਹੁਤ ਦੇਵਵਾਦ ਵੱਲ ਚਲ ਜਾਏਗੀ ਗੱਲ, ਉਹ ਬਹੁਤ ਦੇਵਵਾਦ ਦੀ ਜੜ ਉਹ ਇਸੇ ਗੱਲ 'ਚ ਮੰਨਦੇ ਆ ਕਿ ਜਦੋਂ ਦੂਸਰਿਆਂ ਦੇ ਵਿੱਚ ਅੱਲਾ ਦੀ ਹੋਂਦ ਨੂੰ ਮੰਨਿਆ ਜਾਏਗਾ। ਤਾਂ ਜਿਹੜੀ ਉਹਦੀ ਲਾ ਸ਼ਰੀਕ ਹੋਣ ਦੀ ਇੱਕ ਵਿਆਖਿਆ ਸੀਗੀ, ਉਸ ਲਾ ਸ਼ਰੀਕ ਹੋਣ ਦੀ ਵਿਆਖਿਆ ਨੇ ਇਸ ਤਰ੍ਹਾਂ ਦਾ ਰੂਪ ਲੈ ਲਿਆ ਜਿਹਦੇ ਵਿੱਚੋਂ ਜਿਹੜਾ ਜਿਹਾਦ ਆ ਉਹ ਜ਼ੁਲਮ ਦੀ ਤੇਗ ਬਣ ਗਿਆ, ਔਰ ਉਸਨੇ ਬਹੁਤ ਜ਼ੁਲਮ ਸਤਮ ਦੀ ਹੱਦ ਨੂੰ ਛੂਹਿਆ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇੱਥੋਂ ਕਾਟ ਮਿਲ ਰਹੀ ਹੈ ਹਿੰਦੁਸਤਾਨ ਵਿੱਚੋਂ, ਅਤੇ ਉਹ ਕਹਿ ਰਹੇ ਨੇ ਇਹ ਅਸਲ ਦੇ ਵਿੱਚ ਤੁਹਾਨੂੰ ਲੱਗਦਾ। ਉਹਦੀ ਉਹਨਾਂ ਨੇ ਉਦਾਹਰਣ ਇਹ ਬਣਾਈ ਕਿ ਜੇਕਰ ਕੋਈ ਨਿਆਣਾ ਬਲਦੀ ਹੋਈ ਚੁਆਤੀ ਹੱਥ ਵਿੱਚ ਫੜ ਕੇ ਜ਼ੋਰ ਨਾਲ ਹਵਾ ਵਿੱਚ ਘੁਮਾਉਂਦਾ ਤਾਂ ਹਵਾ ਦੇ ਵਿੱਚ ਉਹਨੂੰ ਇੱਕ ਦਾਇਰਾ ਬਣਦਾ ਦਿਸਦਾ, ਅੱਗ ਦਾ ਆਤਸ਼ੀ ਦਾਇਰਾ ਬਣਦਾ ਦਿਸਦਾ, ਪਰ ਜਦੋਂ ਉਹ ਘੁਮਾਉਣੋਂ ਹਟ ਜਾਏਗਾ ਤਾਂ ਦਾਇਰਾ ਗਾਇਬ ਹੋ ਜਾਏਗਾ, ਉਹ ਨਹੀਂ ਰਹੇਗਾ। ਉਹ ਕਹਿੰਦਾ ਕਿ ਤੁਹਾਨੂੰ ਸਿਰਫ ਲੱਗਦਾ ਸੀ ਕਿ ਦਾਇਰਾ ਹੈ, ਦਰਅਸਲ ਉਹ ਦਾਇਰਾ ਹੈ ਨਹੀਂ ਸੀ। ਇਵੇਂ ਕਹਿੰਦਾ ਰੱਬ ਦੀ ਹੋਂਦ ਦੂਸਰਿਆਂ ਦੇ ਵਿੱਚ ਤੁਹਾਨੂੰ ਜਿਹੜੀ ਮਹਿਸੂਸ ਹੋ ਰਹੀ ਹੈ ਇਹ ਹੈ। ਤਾਂ ਫਿਰ ਜਦੋਂ ਇਹਦੀ ਵਿਆਖਿਆ ਆਮ ਲੋਕਾਂ ਤੱਕ ਜਾਂਦੀ ਹੈ, ਛੋਟੀ ਕਿਸਮ ਦੇ ਕਹਿ ਲਓ ਕਿ ਛੋਟੇ ਪੱਧਰ ਦੇ ਜਾਂ ਉਹਨਾਂ ਦਾ ਜਿਨ੍ਹਾਂ ਦਾ ਜਿਹੜਾ ਜ਼ਰਫ ਹੈ ਉਹ ਜ਼ਿਆਦਾ ਵੱਡਾ ਨਹੀਂ ਹੈ, ਕਮਜ਼ਰਫ ਲੋਕਾਂ ਦੇ ਕੋਲ ਜਾਂਦੀ ਹੈ, ਤਾਂ ਉਹਦੀਆਂ ਫਿਰ ਵਿਆਖਿਆ ਦੀਆਂ ਮਨਮਰਜ਼ੀ ਦੀਆਂ ਪਰਤਾਂ ਬਣਾ ਲੈਂਦੇ ਨੇ। ਤਾਂ ਉਹਨਾਂ ਨੇ ਫਿਰ ਜਦੋਂ ਜਿਵੇਂ ਇਸਲਾਮ ਦੀ ਇੱਕ ਵਿਆਖਿਆ ਸੀ ਕਿ ਜਿੱਥੇ ਕਾਫਰ ਮਿਲੇ ਉੱਥੇ ਉਹਨੂੰ ਕਤਲ ਕਰੋ, ਭਾਵ ਤੁਹਾਡੇ ਅੰਦਰ ਕਈ ਵਾਰ ਦਿਨ ਵਿੱਚ ਕੁਫਰ ਦੇ ਖਿਆਲ ਪੈਦਾ ਹੁੰਦੇ, ਜਿੱਥੇ ਮਿਲੇ ਉਹਨੂੰ ਮਾਰੋ, ਤਾਂ ਉਹਨਾਂ ਨੇ ਸਿਰਫ ਉਂਗਲੀ ਘੁਮਾਈ, ਉਹ ਕਹਿੰਦੇ ਕਾਫਰ ਜਿੱਥੇ ਮਿਲੇ ਉੱਥੇ ਮਾਰੋ। ਜੋ ਜੋ ਕੁਰਾਨ ਨੂੰ ਨਹੀਂ ਜਾਣਦਾ, ਜੋ ਕੁਰਾਨ ਦੁਆਰਾ ਦਿੱਤੇ ਗਏ ਇਲਮ ਨੂੰ ਨਹੀਂ ਜਾਣਦਾ, ਭਾਵ ਕਿ ਜਿਹੜਾ ਅਰਬੀ ਵਿੱਚ ਰੱਬ ਨਾਲ ਗੱਲ ਕਰਨ ਦੀ ਜਾਂਚ ਨਹੀਂ ਸਿੱਖਦਾ, ਅਰਬੀ ਵਿੱਚ ਰੱਬ ਨੂੰ ਨਹੀਂ ਪੜ੍ਹਦਾ, ਉਹ ਕਾਫਰ ਹੀ ਹੋ ਜਾਂਦਾ ਫਿਰ, ਅਤੇ ਉਹਨੂੰ ਮਾਰਨਾ ਜਾਇਜ਼। ਜਿਹੜਾ ਕਿ ਪਹਿਲਾਂ ਅੰਦਰ ਸੀ ਕਿ ਜਦੋਂ ਤੁਹਾਡੇ ਅੰਦਰ ਰੱਬ ਦੇ ਪ੍ਰਤੀ ਕੁਫਰ ਆਵੇ, ਰੱਬ ਦੇ ਪ੍ਰਤੀ ਮੁਨਕਰ ਹੋਣ ਦਾ ਖਿਆਲ ਆਵੇ, ਉਸੇ ਵੇਲੇ ਉਹਨੂੰ ਕਤਲ ਕਰੋ, ਅੰਦਰ ਨੂੰ ਗੱਲ ਸੀ ਉਹਨਾਂ ਨੇ ਬਾਹਰ ਨੂੰ ਕਰ ਦਿੱਤੀ, ਅਤੇ ਫਿਰ ਉਹ 'ਚੋਂ ਕਤਲੋਕਾਰਤ ਇੱਥੋਂ ਤੱਕ ਆਈ। ਸਰਦਾਰ ਕਪੂਰ ਸਿੰਘ ਦੀਆਂ ਜੜ੍ਹਾਂ ਪਛਾਣ ਰਿਹਾ ਕਿ ਕਮਿਊਨਲ ਅਵਾਰਡ ਦੇ ਵਿੱਚ ਮੁਸਲਮਾਨ ਇਹ ਗੱਲ ਨੂੰ ਕਿਉਂ ਨਹੀਂ ਮੰਨ ਰਹੇ,
ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੇ ਕਿਉਂਕਿ ਉਹ ਬਹੁਤ ਵੱਡੀ ਇੱਕ ਹਿਸਟਰੀ ਦੀ ਗੱਲਬਾਤ ਹੈ ਜਿਹਦੇ 'ਚ ਖੁਤਬਾ ਜਾਰੀ ਕਰਨ ਦਾ ਜਿਹੜਾ ਦਰਜਾ ਆ, ਜਿਹੜਾ ਪਹਿਲਾਂ ਤੁਰਕੀ ਦੇ ਬਾਦਸ਼ਾਹ ਕੋਲ ਸੀ, ਫਿਰ ਹਿੰਦੁਸਤਾਨੀ ਬਾਦਸ਼ਾਹਾਂ ਕੋਲ ਆਇਆ, ਅਤੇ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਜਿਹੜਾ ਮੁਜੱਦਦ ਅਲਫ ਥਾਨੀ ਹੈ ਉਹਨੇ ਇਸ ਗੱਲ ਦੇ ਲਈ ਉਕਸਾਇਆ ਸੀਗਾ, ਜਾਂ ਉਹਦੇ ਸਕੂਲ ਨੇ ਜਿਹੜਾ ਨਕਸ਼ਬੰਦੀ ਸਕੂਲ ਹੈ ਉਹਨਾਂ ਨੇ ਉਕਸਾਇਆ ਸੀਗਾ ਕਿ ਹੁਣ ਤੁਸੀਂ ਤੁਰਕੀ ਦੇ ਜਿਹੜੇ ਹਾਕਮਾਂ ਦੇ ਬਰਾਬਰ ਖੁਤਬਾ ਜਾਰੀ ਕਰਨ ਦਾ ਹੱਕ ਰੱਖਦੇ ਹੋ। ਅਤੇ ਉਸ ਵੇਲੇ ਇਹ ਗੱਲ ਹੈ ਵੀ ਸੀ ਕਿਸੇ ਨਾ ਕਿਸੇ ਪਾਸਿਓਂ ਕਿ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੀ ਇੱਕ ਤਾਕਤ ਸੀਗੀ। ਅਤੇ ਫਿਰ ਉਹ ਮੰਨਦੇ ਆ ਵੀ ਇਹਨਾਂ ਨੇ ਜਿਹੜੀ ਇਸਲਾਮ ਦੀ ਕਹਿ ਲਓ ਕਿ ਜਮਾਤ ਹੈ, ਉਲੇਮਾ ਜਮਾਤ ਜਾਂ ਪੜ੍ਹੇ ਲਿਖੇ ਲੋਕਾਂ ਦੀ ਜਮਾਤ ਹੈ, ਉਹਨਾਂ ਨੂੰ ਇਹ ਯਕੀਨ ਦਵਾਤਾ ਸੀਗਾ ਕਿ ਅਸੀਂ ਰਾਜ ਭਾਗ ਵਿੱਚ ਹੋਰ ਕਿਸੇ ਨੂੰ ਭਾਈਵਾਲ ਨਹੀਂ ਬਣਾਉਣਾ। ਦੂਸਰੇ ਪਾਸੋਂ ਜਿਹੜੀ ਹਿੰਦੂ ਜੀਨੀਅਸ ਆ ਜਾਂ ਜਿਹੜੀ ਹਿੰਦੂ ਮਾਨਸਿਕਤਾ ਆ ਉਹਦੀ ਵੀ ਇਸ ਤਰ੍ਹਾਂ ਦੀ ਪਛਾਣ ਹੈ ਕਿ ਉਹਨਾਂ ਨੇ ਵੀ ਇਹ ਮੰਨਿਆ ਹੋਇਆ ਜੇ ਕਿਉਂਕਿ ਜਿਹੜਾ ਸਨਾਤਨ ਹਿੰਦੂ ਧਰਮ ਵੀ ਹੈ ਜਾਂ ਹਿੰਦੂ ਧਰਮ ਦਾ ਜਿਹੜਾ ਮੌਜੂਦਾ ਰੂਪ ਵੀ ਆ ਇਹਦੇ ਵਿੱਚ ਵੀ ਜਿਹੜਾ ਜਾਤ ਪਾਤ ਦਾ ਸਿਸਟਮ ਆ ਉਹ ਕਿਤੇ ਵੀ ਮਨਫੀ ਨਹੀਂ ਹੈ, ਉਸ ਨੂੰ ਕਿਤੇ ਵੀ ਰੱਦ ਨਹੀਂ ਕੀਤਾ ਜਾਂਦਾ, ਸਗੋਂ ਕਿ ਬਹੁਤੀ ਵਾਰ ਉਹਨੂੰ ਗਲੋਰੀਫਾਈ ਕੀਤਾ ਜਾਂਦਾ ਅਤੇ ਉਹਦੇ ਵਿੱਚੋਂ ਹੀ ਸਾਰੇ ਕਾਨੂੰਨ ਕਸ਼ੀਦ ਕੀਤੇ ਜਾਂਦੇ ਆ। ਜਿਵੇਂ ਕਿ ਹੁਣ ਦਾ ਜਿਹੜਾ ਕੰਸਟੀਟਿਊਸ਼ਨ ਹੈ ਉਹਦੇ ਵਿੱਚ ਵੀ ਤੁਸੀਂ ਮਨੂ ਦੀ ਆਤਮਾ ਨੂੰ ਉਸੇ ਤਰ੍ਹਾਂ ਹੀ ਸਾਕਸ਼ਾਤ ਦਰਸ਼ਨ ਕਰ ਸਕਦੇ ਹੋ, ਕਿਵੇਂ ਉਹਦੇ ਵਿੱਚ ਉਹ ਕੰਮ ਕਰਦੇ। ਅਤੇ ਉਹਦੇ ਵਿੱਚ ਵੀ ਜਿਹੜੇ ਸਾਰਿਆਂ ਨੂੰ ਬਰਾਬਰੀ ਦੇ ਹੱਕ ਦੇਣਾ ਉਹ ਉਹਨਾਂ ਦੇ ਖਾਸੇ ਵਿੱਚ ਨਹੀਂ ਸੀਗਾ, ਉਹਨਾਂ ਦੀ ਖਸਲਤ ਵਿੱਚ ਨਹੀਂ ਸੀਗਾ, ਜਾਂ ਕਹਿ ਲਓ ਕਿ ਉਹਨਾਂ ਦੀ ਸ਼ਖਸੀਅਤ ਦਾ ਹਿੱਸਾ ਨਹੀਂ ਸੀਗਾ ਦੂਜਿਆਂ ਨੂੰ ਵੀ ਰਾਜ ਭਾਗ ਦੇ ਭਾਈਵਾਲ ਬਣਾਇਆ ਜਾਵੇ। ਤਾਂ ਫਿਰ ਇੱਕ ਹਿਸਟਰੀ ਹੈ ਜਿਹਦੇ ਵਿੱਚ ਦੇਸ਼ ਦੀ ਵੰਡ ਦਾ ਉਹ ਸਾਰਾ ਪਸਾਰ ਆਉਂਦਾ ਕਿ ਕਿਉਂ ਆਖਿਰ ਕਿਉਂ ਮੁਸਲਮਾਨਾਂ ਨੂੰ ਪਾਕਿਸਤਾਨ ਲੈਣ ਲਈ ਮਜਬੂਰ ਹੋਣਾ ਪਿਆ, ਜਿਹੜੀ ਕਿ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਕਹਿ ਰਹੇ ਸਨ ਕਿ ਸਾਨੂੰ ਦੇਸ਼ ਦੀ ਵੰਡ ਨਹੀਂ ਚਾਹੀਦੀ, ਸਾਨੂੰ ਜਿਹੜੇ ਆ ਉਹ ਕਮਿਊਨਲ ਅਵਾਰਡ ਦੇ ਹਿਸਾਬ ਨਾਲ ਸਾਨੂੰ ਆਪਣਾ ਜਿਹੜਾ ਕਹਿ ਲਓ ਕਿ ਰਾਜ ਭਾਗ ਵਿੱਚ ਹਿੱਸਾ ਚਾਹੀਦਾ। ਤਾਂ ਉਹ ਬੜੀਆਂ ਇਹਦੇ ਵਿੱਚ ਬਾਦ ਦਲੀਲ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਹੁਣ ਇਹ ਜਿਹੜੀਆਂ ਦੋ ਚੀਜ਼ਾਂ ਵੱਡੀਆਂ ਨੇ ਸਾਡੇ ਸਾਹਮਣੇ ਜਿਹੜੀਆਂ ਵੈਤੁਲ ਵਜੂਦ ਅਤੇ ਵੈਤੁਲ ਸ਼ਹੂਦ ਦੇ ਰਾਹੀਂ ਅੱਗੇ ਚੱਲ ਕੇ ਆ ਰਹੀਆਂ ਨੇ, ਦੂਸਰੇ ਪਾਸੇ ਹਿੰਦੂ ਸੰਸਕ੍ਰਿਤੀ ਦੇ ਰਾਹੀਂ ਸਾਡੇ ਸਾਹਮਣੇ ਆ ਰਹੀਆਂ ਨੇ, ਇਹਦੇ ਉੱਤੇ ਇੱਕ ਪੂਰਾ ਵੱਡਾ ਥੀਸੀ ਸਰਦਾਰ ਕਪੂਰ ਸਿੰਘ ਨੇ ਦਿੱਤਾ ਕਿ ਇਹ ਦੋਵੇਂ ਕੌਮਾਂ ਅਸਲ ਵਿੱਚ ਇਕੱਠੀਆਂ ਰਹਿ ਨਹੀਂ ਸੀ ਸਕਦੀਆਂ। ਇਹ ਤੁਸੀਂ ਅੱਜ ਵੀ ਦੇਖਦੇ ਹੋ, ਚਾਹੇ ਉਹ ਬਾਬਰੀ ਦੇ ਸੰਬੰਧ ਵਿੱਚ ਦੇਖ ਲਓ ਜਾਂ ਕਿਸੇ ਵੀ ਰੂਪ ਵਿੱਚ ਦੇਖ ਲਓ, ਤਾਂ ਆਹ ਹੁਣੇ ਹੋਲੀ ਲੰਘ ਕੇ ਗਈ ਆ, ਉਹ ਕੀ ਹੋ ਰਿਹਾ। ਤਾਂ ਜਿਵੇਂ ਇੰਡੀਆ ਦੇ ਵਿੱਚ ਜਿਹੜੇ ਮੁਸਲਮਾਨ ਰਹਿ ਗਏ ਨੇ ਉਹਨਾਂ ਦੇ ਲਈ ਜਿਵੇਂ ਗੇਟੋ ਕਲਚਰ ਵਾਲਾ ਜਿਹੜਾ ਉਹਨਾਂ ਦੇ ਲਈ ਸਿਰਫ ਇੱਕੋ ਇੱਕ ਪੋਸੀਬਿਲਟੀ ਹੈ ਕਿ ਉਹ ਇੱਕ ਜਗ੍ਹਾ 'ਤੇ ਇਕੱਠੇ ਹੋ ਜਾਣ, ਉੱਥੇ ਹੀ ਸਿਰਫ ਸੁਰੱਖਿਅਤ ਨੇ, ਉਹ ਕਿਤੇ ਵੀ ਆਜ਼ਾਦ ਰੂਪ ਵਿੱਚ ਫਿਰ ਨਹੀਂ ਸਕਦੇ, ਇਹਨੂੰ ਮੁਸਲਮਾਨ ਮਹਿਸੂਸ ਕਰ ਰਹੇ ਸਨ। ਅਤੇ ਉਸ ਵੇਲੇ ਸਰਦਾਰ ਕਪੂਰ ਸਿੰਘ ਜਿਹੜੇ ਵੱਡੇ ਬੰਦਿਆਂ ਨੂੰ ਮਿਲ ਰਹੇ ਸਨ ਉਹਨਾਂ 'ਚ ਮੁਹੰਮਦ ਅਲੀ ਜਨਾਹ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ ਉਸ ਵੇਲੇ ਮਿਲਦੇ ਸਨ। ਤਾਂ ਇਹ ਤੋਂ ਵੀ ਤੁਹਾਨੂੰ ਉਹਦੇ ਸਟੇਚਰ ਦਾ ਪਤਾ ਲੱਗ ਜਾਂਦਾ। ਜਿਹੜੀ ਇੱਕ ਆਪਾਂ ਤੀਸਰੀ ਚੀਜ਼ ਮੰਨਦੇ ਹਾਂ ਉਹ ਸੀਗੀ ਕਿ ਉਹਨਾਂ ਨੇ ਹਿੰਦੂ ਖਸਲਤ ਦੀ ਪਛਾਣ ਕੀਤੀ ਔਰ ਉਹਨੂੰ ਜਿਹੜਾ ਉਹ ਦਸਤਾਵੇਜ਼ੀ ਪੱਧਰ 'ਤੇ ਇਹਦੇ ਵਿੱਚ ਦਰਜ ਕੀਤਾ ਕਿ ਜਦੋਂ ਰਾਜ ਮੱਧ ਵਿੱਚ ਉਹ ਮਾਤੇ ਹੋਏ ਸਿਧਾਰ ਕਪੂਰ ਸਿੰਘ ਦੇ ਮਗਰ ਪੈ ਗਏ, ਤਾਂ ਕਪੂਰ ਸਿੰਘ ਤਾਂ ਉਸ ਵੇਲੇ ਸਭ ਤੋਂ ਲਿਆਕਤਦਾਰ ਬੰਦਾ ਸੀਗਾ ਜਿਹੜਾ ਕੈਂਬਰਿਜ ਪੜ੍ਹਿਆ ਹੋਇਆ ਸੀਗਾ, ਉਹ ਸਭ ਤੋਂ ਪ੍ਰਤਿਸ਼ਠਿਤ ਨੌਕਰੀ ਵਿੱਚ ਸੀਗਾ ਔਰ ਬਹੁਤ ਹੀ ਕਾਬਿਲ ਸੀਗਾ। ਅੜਬ ਹੋਣਾ, ਖੁਦਾਰ ਹੋਣਾ ਇਹ ਕੋਈ ਗੁਨਾਹ ਤਾਂ ਨਹੀਂ, ਔਰ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮਾਤ ਲੱਗੇ ਉਹ ਵੀ ਕੋਈ ਪਾਏਦਾਰ ਨਹੀਂ ਸਨ, ਜਿਹੜੇ ਕਿ ਬਾਅਦ 'ਚੋਂ ਸਾਬਤ ਵੀ ਹੋ ਗਿਆ ਔਰ ਉਹ ਝੂਠੇ ਹੀ ਸਾਬਤ ਹੋਏ। ਜੱਜਾਂ ਨੇ ਆਪ ਉਹਨਾਂ ਨੂੰ ਕਿਹਾ ਕਿ ਹਕੂਮਤ ਹੀ ਤੈਨੂੰ ਖਤਮ ਕਰਨਾ ਚਾਹੁੰਦੀ ਹੈ, ਕਾਨੂੰਨ ਤੇਰੇ ਹੱਕ ਵਿੱਚ ਨਹੀਂ ਜਾਏਗਾ। ਤਾਂ ਉਹਨਾਂ ਨੇ ਉਸ ਵੇਲੇ ਇਸ ਸਾਰੇ ਕੁਛ ਦੇ ਵਿੱਚੋਂ ਇਸ ਜਿਹੜਾ ਕਹਿ ਲਓ ਕਿ ਮੁਕੱਦਮੇ ਦੇ ਵਿੱਚੋਂ ਸਿੱਖਾਂ ਨੂੰ ਇਹ ਸਮਝਾਇਆ, ਇਹ ਦਿਖਾਇਆ ਕਿ ਇਕੱਲੀ ਸੌਫਟ ਪਾਵਰ ਨਾਲ ਤੁਹਾਡਾ ਕੱਖ ਨਹੀਂ ਬਣਨਾ, ਤੁਸੀਂ ਜਿੰਨੇ ਮਰਜ਼ੀ ਲਿਆਕਤਦਾਰ ਬਣ ਜਾਓ, ਤੁਸੀਂ ਚੰਗੇ ਆਰਕੀਟੈਕਟ ਹੋਵੋ, ਤੁਸੀਂ ਚੰਗੇ ਡਾਕਟਰ ਹੋਵੋ, ਤੁਸੀਂ ਚੰਗੇ ਪੋਇਟ ਹੋਵੋ, ਤੁਹਾਨੂੰ ਇਹਨਾਂ ਚੀਜ਼ਾਂ ਨੇ
ਕਿਤੇ ਨਹੀਂ ਲੈ ਕੇ ਜਾਣਾ ਜਦ ਤੱਕ ਤੁਹਾਡੇ ਕੋਲ ਰਾਜਸੀ ਸ਼ਕਤੀ ਨਹੀਂ ਹੈ, ਜਦ ਤੱਕ ਤਾਂ ਤੁਸੀਂ ਪ੍ਰਭੂ ਸੱਤਾ ਸੰਪੰਨ ਹਸਤੀ ਦੇ ਮਾਲਕ ਨਹੀਂ ਬਣਦੇ ਜਿਹਦੇ ਤੁਸੀਂ ਜਨਮ ਸਿੱਧ ਅਧਿਕਾਰੀ ਹੋ, ਤਦ ਤੱਕ ਤੁਹਾਡੀਆਂ ਇਹਨਾਂ ਸੌਫਟ ਪਾਵਰ ਵਾਲੀਆਂ ਸਕਿੱਲਸ ਦਾ ਕੋਈ ਮਾਇਨਾ ਨਹੀਂ ਹੈ, ਜਿਹਦੇ ਕਿ ਉਹ ਖੁਦ ਗਵਾਹ ਸਨ, ਇਸੇ ਗੱਲ ਨੂੰ ਉਹਨਾਂ ਨੇ ਇਸ ਸਾਚੀ ਸਾਖੀ ਵਿੱਚ ਬੰਨਿਆ। ਸੋ ਇਹ ਤਿੰਨ ਚੀਜ਼ਾਂ ਮੈਂ ਪੈਰਲਲ ਚੱਲਦੀਆਂ ਇਹਦੇ ਵਿੱਚ ਪਛਾਣੀਆਂ ਨੇ, ਹੋਰ ਵੀ ਬਹੁਤ ਨੇ ਜਿਹੜੀਆਂ ਤੁਸੀਂ ਮਿਹਨਤ ਕਰਕੇ ਪਛਾਣ ਸਕਦੇ ਹੋ, ਕਿਉਂਕਿ ਇਹਦਾ ਦਾਇਰਾ ਬਹੁਤ ਵਸੀਹ ਹੈ। ਸਰਦਾਰ ਕਪੂਰ ਸਿੰਘ ਨੇ ਜਦੋਂ ਉਹਨਾਂ ਦੀਆਂ ਆਪਾਂ ਕਿਤਾਬਾਂ ਦੇਖਦੇ ਹਾਂ, ਕੁਛ ਕਿਤਾਬਾਂ ਉਹਨਾਂ ਦੀਆਂ ਬੱਚਿਆਂ ਵਾਸਤੇ ਨੇ ਜਿਹਦੇ ਵਿੱਚ ਉਹ ਜਾਨਵਰਾਂ ਬਾਰੇ ਪੁਰਾਣੀਆਂ ਸੱਭਿਅਤਾਵਾਂ ਬਾਰੇ ਜਾਣਕਾਰੀ ਦਿੰਦੇ, ਕੁਛ ਕਿਤਾਬਾਂ ਉਹਨਾਂ ਦੀਆਂ ਨੇ ਜਿਹੜੀਆਂ ਜਦੋਂ ਬੱਚਾ ਥੋੜ੍ਹਾ ਮਚਿਓਰ ਹੋ ਜਾਂਦਾ, ਮੈਂ ਸਮਝਦਾ ਵੀ ਛੋਟੇ ਬੱਚਿਆਂ ਨੂੰ 8ਵੀਂ 10ਵੀਂ ਵਾਲਿਆਂ ਨੂੰ ਉਹਨਾਂ ਦੀਆਂ ਬਾਲ ਸਾਹਿਤ ਵਾਲੀਆਂ ਲਿਖਤਾਂ ਜ਼ਰੂਰ ਪੜ੍ਹਾਉਣੀਆਂ ਚਾਹੀਦੀਆਂ। ਉਸ ਤੋਂ ਬਾਅਦ ਉਹਨਾਂ ਦੀ ਕੁਛ ਕਿਤਾਬਾਂ ਆ ਜਾਂਦੀਆਂ ਜਿਹਦੇ 'ਚ ਵਿਗਿਆਨ ਬਾਰੇ, ਖਗੋਲ ਬਾਰੇ, ਜਿਹੜੀਆਂ ਸਾਡੀਆਂ ਸੰਨਾਂ ਨਿਰਧਾਰਤ ਕੀਤੀਆਂ ਨੇ ਇਹਦੇ ਬਾਰੇ ਉਹਨਾਂ ਨੇ ਸਾਵਨਤਾਵਲੀ ਲੇਖ ਲਿਖਿਆ, ਇਹ ਚੀਜ਼ਾਂ ਉਹਨਾਂ ਨੇ ਲਿਖੀਆਂ। ਫਿਰ ਅੱਗੇ ਉਹਨਾਂ ਦਾ ਇੱਕ ਦਾਇਰਾ ਆਉਂਦਾ ਜਿਹੜਾ ਬੰਦੇ ਦੀ ਮੈਚਿਓਰਿਟੀ ਲੈਵਲ ਤੋਂ ਬਾਅਦ ਸ਼ੁਰੂ ਹੁੰਦਾ, ਜਿੱਥੇ ਜਾ ਕੇ ਉਹ ਧਰਮਾਂ ਦੇ ਸਿਧਾਂਤਾਂ ਦੀ ਗੱਲ ਕਰਦੇ ਨੇ, ਜਿੱਥੇ ਜਾ ਕੇ ਉਹਨਾਂ ਨੇ ਇਹ ਗੱਲ ਕੀਤੀ ਜਿਵੇਂ ਗੁਰੂ ਨਾਨਕ ਦੀ ਪਦ ਪਦਵੀ ਦਾ ਨਿਰਧਾਰਨ ਕੀਤਾ, ਇਹ ਲੇਖ ਹੈ ਪੂਰਾ ਜਿਹਦੇ ਵਿੱਚ ਉਹਨਾਂ ਨੇ ਜਿਵੇਂ ਸਾਡੇ ਕਲਚਰ ਵਿੱਚ ਆਉਂਦਾ ਗੁਰੂ ਨਾਨਕ ਨੂੰ ਸੰਤ ਕਹਿਣ ਲੱਗ ਜਾਂਦੇ ਆ, ਗੁਰੂ ਪਦਵੀ ਦਾ ਜਿਹੜਾ ਕਹਿ ਲਓ ਕਿ ਉਸ ਵੇਲੇ ਸਾਨੂੰ ਖਿਆਲ ਨਹੀਂ ਰਹਿੰਦਾ, ਜਾਂ ਜਿਹੜੇ ਲੋਕ ਵੀ ਉਸ ਗੁਰੂ ਸਾਹਿਬ ਲਈ ਇਹ ਸ਼ਬਦਾਵਲੀ ਵਰਤਦੇ ਨੇ, ਸੰਤ ਕਵੀ ਹੋਰ ਬਹੁਤ ਕੁਛ ਜਿਹੜਾ ਅਕੈਡਮਿਕ ਕਲਚਰ ਦੇ ਵਿੱਚ ਕਿਹਾ ਗਿਆ, ਜਾਂ ਦੁਨੀਆਂ ਦੇ ਵਿੱਚ ਇੱਕ ਰਵਾਇਤ ਹੀ ਹੈ ਕਿ ਉਹਨਾਂ ਦਾ ਜਿਹੜਾ ਪੈਗੰਬਰੀ ਜਾਂ ਉਹਨਾਂ ਦਾ ਜਿਹੜਾ ਅਵਤਾਰੀ ਦਰਜਾ ਆ, ਜਾਂ ਜਿਹੜੀ ਵੀ ਸ਼ਬਦਾਵਲੀ ਆਪਾਂ ਗੁਰੂ ਨੂੰ ਗੁਰੂ ਹੀ ਕਹਿ ਲਈਏ, ਜਿਹੜਾ ਉਹਨਾਂ ਦਾ ਗੁਰੂ ਪਦ ਹੈ, ਉਹਨੂੰ ਛੱਡ ਕੇ ਉਹਨਾਂ ਨੂੰ ਹੋਰ ਸੰਬੋਧਨਾਂ ਦੇ ਨਾਲ ਸੰਬੋਧਨ ਕਰਨ ਦੀ ਗੱਲ ਕਰਨ ਲੱਗ ਪਏ ਨੇ। ਮੈਂ ਕਹਿੰਦਾ ਤੀਸਰੇ ਲੈਵਲ 'ਤੇ ਜਿਹੜਾ ਸਰਦਾਰ ਸਾਹਿਬ ਦੀ ਪ੍ਰਤਿਭਾ ਦਾ ਪਸਾਰ ਬਣਦਾ ਉਹ ਇਸ ਤਰ੍ਹਾਂ ਬਣਦਾ ਜਦੋਂ ਉਹ ਧਰਮ ਦੀਆਂ ਪਰਤਾਂ ਫਰੋਲਦੇ ਆ, ਜਿਹਦੇ ਵਿੱਚ ਉਹ ਜਾ ਕੇ ਦੱਸਦੇ ਆ ਕਿ ਗੁਰੂ ਨਾਨਕ ਸਾਹਿਬ ਗੁਰੂ ਨੇ ਉਹ ਸੰਤ ਤੋਂ ਕਿਸ ਤਰ੍ਹਾਂ ਉੱਪਰ ਨੇ ਜਾਂ ਸੰਤ ਉਹ ਕਿਵੇਂ ਨਹੀਂ ਹਨ, ਉਹਨਾਂ ਦੇ ਅੰਦਰ ਹੀ ਸੰਤ ਵਾਲਿਆਂ ਸਾਰੇ ਗੁਣ ਮੌਜੂਦ ਹਨ, ਪਰ ਫਿਰ ਵੀ ਉਹ ਸੰਤ ਦੇ ਘੇਰੇ ਤੋਂ ਬਾਹਰ ਉਹ ਵੱਡੀ ਸ਼ਖਸੀਅਤ ਜਾਂ ਵੱਡਾ ਅਸਰ ਹਨ ਜਾਂ ਵੱਡੀ ਹਸਤੀ ਹਨ। ਰਾਜ ਕਰੇਗਾ ਖਾਲਸਾ ਜਿਹੜਾ ਲੇਖ ਹੈ ਉਹ ਉਹਨਾਂ ਨੇ ਲੇਖ ਲਿਖਿਆ ਸੀਗਾ, ਜਿਹੜਾ ਕਿ ਜਿਹੜੀ ਦੁਨੀਆਂ ਦੇ ਵਿੱਚ ਬਹਿਸ ਚੱਲਦੀ ਉਹ 'ਚ ਉਹਨਾਂ ਨੇ ਦੋ ਤਿੰਨ ਚੀਜ਼ਾਂ ਦੇ ਉੱਤੇ ਬਹੁਤ ਖੂਬਸੂਰਤ ਥੀਸਿਸ ਦਿੱਤਾ ਹੋਇਆ। ਪਹਿਲਾਂ ਤਾਂ ਉਹਨਾਂ ਨੇ ਥੀਸਿਸ ਇਹ ਦਿੱਤਾ ਕਿ ਦੁਨੀਆਂ ਵਿੱਚ ਹਿੰਸਾ ਅਤੇ ਅਹਿੰਸਾ ਦੀ ਜਿਹੜੀ ਬਹਿਸ ਆ ਇਹਦੇ ਉੱਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਹਿੰਸਾ ਆ ਜਾਂ ਜਿਹੜੇ ਦੁਨੀਆਂ ਦੇ ਵਿੱਚ ਜਿਉਂਦੇ ਰਹਿਣ ਦੇ ਲਈ ਬਾਕੀ ਨਸਲਾਂ ਦੇ ਵਿੱਚ ਵੀ ਇਹ ਸੰਘਰਸ਼ ਚੱਲਦਾ ਆ ਉਹਦੇ ਵਿੱਚ ਹਿੰਸਾ ਦੀ ਕੀ ਥਾਂ ਆ ਅਤੇ ਇਸ ਤੋਂ ਬਿਨਾਂ ਜ਼ਿੰਦਗੀ ਕਾਇਮ ਨਹੀਂ ਰਹਿ ਸਕਦੀ, ਔਰ ਹਿੰਸਾ ਇੱਕ ਕੁਦਰਤੀ ਵਰਤਾਰਾ ਆ, ਉਹਨਾਂ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਇਹਨੂੰ ਸਾਬਤ ਕੀਤਾ। ਅਤੇ ਅਹਿੰਸਾਵਾਦੀ ਹੋਣਾ ਨਿਰਾ ਹੀ ਪਖੰਡ ਹੈ, ਇਹ ਵੀ ਉਹਨਾਂ ਨੇ ਇਹਨਾਂ ਸ਼ਬਦਾਂ 'ਚ ਕਿਹਾ ਜਿਹੜੇ ਮੈਂ ਕਹਿ ਰਿਹਾ। ਉਹਨਾਂ ਨੇ ਕਿਹਾ ਨਿਰਾ ਹੀ ਪਖੰਡਵਾਦ ਆ, ਅਹਿੰਸਾਵਾਦੀ ਹੋ ਹੀ ਨਹੀਂ ਸਕਦਾ ਕੁਛ ਵੀ। ਉਹ ਕਹਿੰਦੇ ਇਹ ਉਹ ਸ਼ਿਕਾਰੀ ਆ ਜਿਨ੍ਹਾਂ ਨੇ ਆਪਣੇ ਦੰਦ ਝਾੜ ਲਏ ਆ, ਇਹ ਲਫ਼ਜ਼ ਲਿਖੇ ਹੋਏ ਉਹਨਾਂ ਨੇ। ਮਹਾਤਮਾ ਗਾਂਧੀ ਨੂੰ ਖੁਦ ਮਿਲੇ ਸਨ, ਉਹਨੂੰ ਹਿਪੋਕ੍ਰਿਟ ਮੰਨਦੇ ਸਨ, ਖੁਦ ਜਾ ਕੇ ਉਹਨਾਂ ਨੇ ਕਿਹਾ। ਜਦੋਂ ਮਹਾਤਮਾ ਗਾਂਧੀ ਨੇ ਇਹ ਲੇਖ ਲਿਖਿਆ ਸੀਗਾ, ਗੁਰੂ ਗੋਬਿੰਦ ਸਿੰਘ ਭੁੱਲਰ ਦੇਸ਼ ਭਗਤ ਆ, ਉਹਨਾਂ ਨੇ ਉਹਦੇ ਆਸ਼ਰਮ 'ਚ ਜਾ ਕੇ ਉਹਨੂੰ ਕਿਹਾ ਸੀ ਤੂੰ ਗਲਤ ਹੈ। ਜਿਹੜਾ ਉਹਨਾਂ ਨੇ ਅਗਲੀ ਗੱਲ ਜਿਹੜੀ ਮੈਂ ਕਰਾਂਗਾ ਦੇਸ਼ ਭਗਤੀ ਬਾਰੇ ਉਹਨਾਂ ਨੇ ਗੱਲ ਕੀਤੀ, ਰਾਸ਼ਟਰਵਾਦ ਦਾ ਕਿੰਨਾ ਵੱਡਾ ਜਿਹੜਾ ਉਹ ਸਿੱਖਾਂ ਦੇ ਗਲ ਵਿੱਚ ਸਿਆਪਾ ਪਿਆ ਹੋਇਆ। ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਜਾਂ ਜਿਹੜਾ ਸਾਰਾ ਗੁਰੂ ਅਨੁਭਵ ਆ, ਇੱਕ ਤਾਂ 10 ਗੁਰੂਆਂ ਨੂੰ ਇੱਕ ਜੋਤ ਮੰਨਦੇ ਸਨ, ਉਹ ਕਹਿੰਦੇ ਜਿਵੇਂ ਉਸ ਵੇਲੇ ਨਿਰੰਕਾਰੀਆਂ ਨੇ ਜਾਂ ਬਾਅਦ 'ਚੋਂ ਰਾਧਾ ਸਵਾਮੀ ਨੇ ਵੀ ਇਹਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀਗਾ ਕਿ 5ਵੇਂ ਗੁਰੂ ਤੱਕ ਨੂੰ ਆਪ ਮੰਨ ਲਓ, ਜਾਂ ਜਿਹੜੇ ਗੁਰੂ ਹਥਿਆਰਬੰਦ ਸੰਘਰਸ਼ ਨੂੰ ਲੈ ਕੇ ਆਉਂਦੇ ਉਹਨਾਂ ਨੂੰ ਵੱਖ ਕਰ ਲਓ, ਜਾਂ ਇਸੇ ਤਰ੍ਹਾਂ ਦੀ ਜਿਹੜੀ ਇਹ ਚੀਜ਼ ਪੈਦਾ ਕਰਨ ਦੀ ਕੋਸ਼ਿਸ਼ ਬੰਗਾਲੀ ਜੀਨੀਅਸ ਨੇ ਵੀ ਕੀਤੀ, ਇਸੇ ਤਰ੍ਹਾਂ ਦੀ ਕੋਸ਼ ਜਿਵੇਂ ਟੈਗੋਰ ਨੇ ਕੀਤੀ, ਇਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਗਾਂਧੀ ਵੀ ਕਰਦਾ। ਅਤੇ ਉਹ ਇਹਨਾਂ ਨੂੰ ਤੋੜਦੇ, ਉਹ ਕਹਿੰਦੇ 10 ਗੁਰੂ ਇੱਕ ਜੋਤ ਹੈ, ਸਿੱਖ ਅਨੁਭਵ ਇਹਨੂੰ ਮੰਨਦਾ ਔਰ ਦੁਨੀਆਂ ਇਹਨੂੰ ਮੰਨਦੀ ਹੈ, ਔਰ ਇਸ ਤਰ੍ਹਾਂ ਹੀ ਹੈ, ਇਟ ਇਜ਼ ਵਟ ਇਟ ਇਜ਼।
ਇਹਦੇ ਵਿੱਚ ਕੋਈ ਮੁਬਾਲਗਾ ਨਹੀਂ, ਕਿਸੇ ਨੂੰ ਭੁਲੇਖਾ ਦੇਣਾ ਚਾਹੀਦਾ, ਇਹ ਇੰਜ ਹੀ ਹੈ ਅਤੇ ਇਹਨੂੰ ਇੰਜ ਹੀ ਮੰਨੋ। ਉਹ ਦਸ ਗੁਰੂ ਇੱਕ ਜੋਤ ਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਜਿਹੜੇ ਇਹ ਅਹਿੰਸਾਵਾਦੀ ਲੋਕ ਨੇ, ਇਹ ਉਸ ਵੇਲੇ ਹਿਪੋਕ੍ਰੇਸੀ ਕਰ ਰਹੇ ਨੇ। ਉਹਨਾਂ ਕਿਹਾ ਕਿ ਜਿਹੜੇ ਗਾਂਧੀ ਨੇ ਇਹ ਗੱਲ ਲਿਖੀ ਹੈ ਬਿਲਕੁਲ ਗਲਤ ਹੈ। ਗਾਂਧੀ ਨੂੰ ਖੁਦ ਜਾ ਕੇ ਉਹਦੇ ਮੂੰਹ 'ਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਕਿਸੇ ਇੱਕ ਖਾਸ ਖਿੱਤੇ ਜਾਂ ਧਰਮ ਦੇ ਪੈਗੰਬਰ ਨਹੀਂ ਹਨ। ਉਹ ਸਾਰਿਆਂ ਦੇ ਲਈ, ਉਹ ਕਿਸੇ ਧਰਤੀ ਨਾਲ ਜੁੜੀ ਹੋਈ ਗੱਲ ਨਹੀਂ ਹੈ, ਉਹ ਧਰਤੀ ਤੋਂ ਪਾਰ ਦੀ ਗੱਲ ਹੈ। ਉਹ ਸਾਰਿਆਂ ਦੇ ਲਈ ਹਨ, ਦੂਸਰੀਆਂ ਧਰਤੀ, ਕਿਉਂਕਿ ਹਿੰਦੂ ਜੀਨੀਅਸ ਜਿਹੜੀ ਹੈ ਉਹ ਮੰਨਦੀ ਹੈ ਕਿ ਜਿੰਨੀ ਸਿਆਣਪ ਹੈ ਉਹ ਸਾਰੀ ਹਿੰਦੂ ਫੋਲਡ ਦੇ ਅੰਦਰ ਹੀ ਹੈ, ਇਹ ਤੋਂ ਬਾਹਰ ਹੋਰ ਕੁਝ ਨਹੀਂ ਹੈ। ਬਹੁਤ ਲੰਬਾ ਸਮਾਂ ਤਾਂ ਉਹਨਾਂ ਨੇ ਸਮੁੰਦਰ 'ਤੇ ਤਰਕੇ ਜਾਣ ਨੂੰ ਮਨਾ ਹੀ ਕਰ ਛੱਡੀ, ਬਹੁਤ ਲੰਬਾ ਸਮਾਂ ਇਸੇ ਕਰਕੇ ਐਕਸਪਲੋਰ ਨਹੀਂ ਕਰ ਸਕੇ, ਕਿਉਂ ਇਹ ਹਾਲਾਂਕਿ ਇਹਨਾਂ ਕੋਲ ਸਾਰੀਆਂ ਵਿੱਦਿਆਵਾਂ ਸੀਗੀਆਂ, ਬਾਹਰ ਜਾ ਸਕਦੇ ਸੀ, ਇਹਨਾਂ ਨੂੰ ਸਮੁੰਦਰ 'ਤੇ ਜਾਣ ਦੀ ਮਨਾ ਹੀ ਸੀ, ਕਿਉਂਕਿ ਮੰਨਦੇ ਵੀ ਦੂਜੇ ਹੋਰ ਕਿਸੇ ਕੋਲ ਗਿਆਨ ਨਹੀਂ ਹੈ, ਜੋ ਗਿਆਨ ਹੈ ਉਹ ਹਿੰਦੂ ਫੋਲਡ ਦੇ ਅੰਦਰ ਹੀ ਹੈ। ਤਾਂ ਇਸ ਕਰਕੇ ਉਹ ਇਹਨਾਂ ਨੂੰ ਜਾ ਕੇ ਕਹਿੰਦੇ ਵੀ ਤੁਹਾਡੇ ਤੋਂ ਬਾਹਰ ਵੀ ਕੋਈ ਸੱਚ ਹੈਗੇ ਹੈ, ਇਸ ਕਰਕੇ ਤੁਸੀਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਹਿ ਰਹੇ ਹੋ ਬਿਲਕੁਲ ਗਲਤ ਹੈ ਤੁਹਾਡੀ ਗੱਲ, ਕਿਉਂਕਿ ਗੁਰੂ ਗੋਬਿੰਦ ਸਿੰਘ ਧਰਤੀਆਂ ਦੇ ਪੈਗੰਬਰ ਨੇ, ਕਿਸੇ ਖਿੱਤੇ ਦੇ ਪੈਗੰਬਰ ਨਹੀਂ ਹੈ, ਇਸ ਕਰਕੇ ਉਹ ਰਾਸ਼ਟਰਵਾਦੀ ਨਹੀਂ ਹੈ। ਦੂਸਰਾ ਜਿਹੜਾ ਉਹ ਭੁੱਲਰ ਦੇਸ਼ ਭਗਤ ਆ, ਉਹ ਕਹਿੰਦੇ ਦੇਸ਼ ਭਗਤ ਤਾਂ ਹੀ ਹੋਊਗਾ ਨਾ ਵੀ ਜੇ ਉਹ ਦੇਸ਼ ਦੇ ਦਾਇਰੇ ਵਿੱਚ ਆਉਣਗੇ, ਉਹ ਤਾਂ ਦੇਸ਼ ਦੇ ਦਾਇਰੇ ਤੋਂ ਹੀ ਬਾਹਰ ਹੈ, ਉਹਦੇ ਵੱਡੇ ਕਿਸੇ ਦੁਨਿਆਵੀ ਜਿਹੜੀ ਕਹਿ ਲਓ ਕਿ ਮਨੁੱਖਤਾ ਦੇ ਉੱਪਰ ਬਖਸ਼ਿਸ਼ ਕਰਨ ਦੇ ਲਈ ਆਏ ਹੋਏ ਨੇ। ਤਾਂ ਇਸ ਕਰਕੇ ਤੁਸੀਂ ਉਹਨਾਂ ਨੂੰ ਇਸ ਘੇਰੇ ਵਿੱਚ ਮੰਨ ਕੇ ਉਹਨਾਂ ਦਾ ਨਿਰਾਦਰ ਕਰ ਰਹੇ ਹੋ। ਉਹਨਾਂ ਨੂੰ ਫਿਰ ਗਾਂਧੀ ਨੂੰ ਇਹ ਗੱਲ ਸ਼ਾਇਦ ਮੰਨ ਲਈ ਸੀ ਉਹਨਾਂ ਨੇ, ਅਤੇ ਕਿਤੇ ਛੁਪਵਾ ਵੀ ਲਈ ਸੀ, ਉਹ ਮੈਨੂੰ ਵਿਸਰ ਗਿਆ ਉਹਨੇ ਕਿੱਥੇ ਛੁਪਵਾਈ ਸੀਗੀ। ਬਾਅਦ 'ਚੋਂ ਗਾਂਧੀ ਨੇ ਛੁਪਵਾ ਦਿੱਤੀ ਸੀ ਇਹ ਗੱਲ ਵੀ ਇਹ ਗੱਲ ਜਿਹੜੀ ਮੈਂ ਮਹਿਸੂਸ ਕਰਦਾ ਵੀ ਮੇਰੇ ਕੋਲ ਲਿਖੀ ਗਈ ਹੈ, ਠੀਕ ਨਹੀਂ ਲਿਖੀ ਗਈ। ਤਾਂ ਫਿਰ ਉਹਨਾਂ ਨੇ ਇਹ ਇਹਨਾਂ ਗੱਲ ਨੂੰ ਦੱਸਿਆ ਵੀ ਜਿਹੜੀ ਅਹਿੰਸਾ ਆ ਜਾਂ ਦੇਸ਼ ਭਗਤੀ ਆ, ਸੈਕੂਲਰਿਜ਼ਮ ਦੇ ਬਾਰੇ ਉਹਨਾਂ ਨੇ ਬਹੁਤ ਜ਼ਬਰਦਸਤ ਲਿਖਿਆ। ਇਸ ਇਹ ਕਰਦੇ ਹੋਇਆਂ ਫਿਰ ਉਹ ਜਿਹੜੀ ਗੱਲ ਕਰਨੀ ਚਾਹ ਰਹੇ ਨੇ, ਜਿਹੜੀ ਮੈਂ ਲੇਖ ਦੀ ਗੱਲ ਕਰ ਰਿਹਾ, ਰਾਜ ਕਰੇਗਾ ਖਾਲਸਾ, ਉਹ ਇਸੇ ਲੇਖ ਦੇ ਵਿੱਚ ਹੀ ਸਾਰਾ ਕੁਝ ਆ ਰਿਹਾ। ਉਹ ਇਸ ਲੇਖ ਦੇ ਰਾਹੀਂ ਇਹ ਦੱਸਣਾ ਚਾਹੁੰਦੇ ਵੀ ਖਾਲਸਾ ਤ੍ਰੈ ਕਾਲ, ਜਿਹੜਾ ਭਵਿੱਖ ਵਿੱਚ ਵੀ, ਪਿੱਛੇ ਵੀ, ਮੌਜੂਦਾ ਸਮੇਂ ਵਿੱਚ ਵੀ, ਤ੍ਰੈ ਕਾਲ ਦਾ ਮਤਲਬ ਹੈ ਕਿ ਤ੍ਰੈ ਕਾਲ ਰਾਜ ਕਰਨ ਦਾ ਅਧਿਕਾਰੀ ਹੈ। ਦਿਨ ਰਾਤ ਸੇਖੇ ਪੜ੍ਹਦੇ ਨੇ, ਰਾਜ ਕਰੇਗਾ ਖਾਲਸਾ। ਉਹ ਕਹਿੰਦੇ ਇਸ ਕਰਕੇ ਇਹ ਸਾਰਾ ਕੁਛ ਤਾਂ ਹੀ ਹੋ ਸਕਦਾ ਆ ਜੇ ਸਿੱਖਾਂ ਦੇ ਜਿਹੜੀ ਕਹਿ ਲਓ ਕਿ ਸਿੱਖਾਂ ਦੀ ਹਸਤੀ ਆ ਉਹ ਆਜ਼ਾਦ ਹੋਵੇ, ਉਹ ਇਸ ਸੋਚ ਤੋਂ, ਇਸ ਸਾਰੇ ਗਲਬੇ ਤੋਂ ਬਾਹਰ ਨਿਕਲੇ ਕਿ ਉਹ ਦੇਸ਼ ਭਗਤ ਹਨ ਜਾਂ ਉਹ ਕੀ ਹਨ, ਇਹ ਤੋਂ ਬਾਹਰ ਨਿਕਲੇ ਔਰ ਉਹ ਆਪਣੀ ਹੋਂਦ ਦਾ ਸਵੈ ਸਿੱਧ ਜਿਹੜਾ ਨਿਯਮ ਹੈ ਉਹਨੂੰ ਮੰਨੇ, ਜਿਵੇਂ ਸਵੈਮ ਭਵ ਸਹਿਭੰਗ, ਅਜੂਨੀ ਸਹਿਭੰਗ ਆਪਾਂ ਪੜ੍ਹਦੇ ਹਾਂ, ਇਵੇਂ ਉਹ ਕਹਿੰਦੇ ਜੇ ਜਦ ਤੱਕ ਸਿੱਖ ਇਹ ਮੰਨਦੇ ਨਹੀਂ ਤਦ ਤੱਕ ਉਹ ਇਹਨਾਂ ਭਾਰਾਂ ਥੱਲੇ ਦੱਬੇ ਰਹਿਣਗੇ। ਤਾਂ ਉਹਨੂੰ ਇਹ 'ਚੋਂ ਬਾਹਰ ਕੱਢਦੇ ਵੀ ਖਾਲਸੇ ਦਾ ਆਪਣਾ ਰਾਜ ਹੋਣਾ ਆ ਅਤੇ ਹੋਣਾ ਹੀ ਹੋਣਾ ਆ, ਹਾਲਾਤ ਹੋਰ ਨੇ। ਉਸ ਹਾਲਾਤ 'ਚੋਂ ਬਾਹਰ ਨਿਕਲਣ ਦੇ ਲਈ ਰਾਹ ਵੀ ਫਿਰ ਉਹਨਾਂ ਨੇ ਅੱਗੇ ਚੱਲ ਕੇ ਜਿਹੜਾ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਸਾਨੂੰ ਦਿੱਤਾ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਉਹਨਾਂ ਦੇ ਵਿੱਚ ਮਿਲਦੀਆਂ ਨੇ। ਇਹਦੇ ਵਿੱਚ ਉਹਨਾਂ ਨੇ ਜਿਹੜਾ ਇਸਲਾਮ ਅਤੇ ਸਿੱਖ ਸੰਘਰਸ਼ ਦਾ ਪਿਛੋਕੜ ਹੈ, ਸਿਧਾਂਤਕ ਪਿਛੋਕੜ ਹੈ, ਉਹਦੇ 'ਤੇ ਬਹੁਤ ਖੂਬਸੂਰਤ ਗੱਲ ਕੀਤੀ ਹੈ। ਤਾਂ ਇੱਕ ਉਹਨਾਂ ਦਾ ਲੇਖ ਹੈ ਜਿਹੜਾ ਸਫਰਾਂ ਦੀ ਸਾਖੀ ਪੋਥੀ ਉੱਤੇ ਪੰਛੀ ਝਾਤ, ਤੋ ਉਹ ਲੇਖ ਵੀ ਬਹੁਤ ਮਹੱਤਵਪੂਰਨ ਹੈ ਅਤੇ ਘੱਟੋ ਘੱਟ ਸਾਡੇ ਧਰਮ ਅਧਿਐਨ ਦੇ ਵਿਦਿਆਰਥੀ ਨੂੰ ਜ਼ਰੂਰ ਪੜ੍ਹਨਾ ਚਾਹੀਦਾ। ਅਤੇ ਜਿਵੇਂ ਉਹ ਚੀਜ਼ਾਂ ਨੂੰ ਦੇਖਦੇ ਆ, ਜਿਵੇਂ ਉਹ ਚੀਜ਼ਾਂ 'ਚੋਂ ਅਰਥ ਤਲਾਸ਼ ਕਰਦੇ ਆ, ਜਾਂ ਉਹ ਜਿਵੇਂ ਚੀਜ਼ਾਂ ਨੂੰ ਲੈਂਦੇ ਆ ਕਿ ਜਿਵੇਂ ਇੱਕ ਹੁੰਦੀ ਆ ਤਰਕਸ਼ੀਲਤਾ ਜੀ ਆ ਜਾਂਦੀ ਸਾਡੇ ਵਿੱਚ, ਜਾਂ ਇੱਕ ਅਜੀਬ ਕਿਸਮ ਦੀ ਤਾਰਕਿਕਤਾ ਆ ਜਾਂਦੀ ਹੈ, ਲੌਜਿਕ ਦੇ ਉਹ ਪਸਾਰ ਆ ਜਾਂਦੇ ਜਿਹੜੇ ਭਲਾ ਕਰਨ ਦੀ ਬਜਾਏ ਸਾਡਾ ਨੁਕਸਾਨ ਕਰ ਜਾਂਦੇ ਆ। ਤਾਂ ਜਦੋਂ ਆਪਾਂ ਇੱਕ ਨੌਰ ਵਾਲੀ ਘਟਨਾ 'ਤੇ ਆਪਾਂ ਆ ਜਾਈਏ, ਤਾਂ ਉਹ ਇੱਕ ਇਕੱਲੀ ਗੱਲ ਕਰ ਲੈਂਦੇ, ਬਾਕੀ ਤਾਂ ਬਹੁਤ ਨੇ। ਨੌਰ ਦੇ ਵਿੱਚ ਜਦੋਂ ਦਸਵੇਂ ਪਾਤਸ਼ਾਹ ਜਾਂਦੇ ਆ ਤਾਂ ਉੱਥੇ ਕਬੂਤਰ ਮਰ ਜਾਂਦਾ, ਅਤੇ ਉਹ ਜਿਹੜੀ ਜੈਨੀਆਂ ਦੇ ਨਾਲ ਗੱਲਬਾਤ ਆ ਉਹਦੇ ਵਿੱਚੋਂ, ਜਿਵੇਂ ਉਹ ਉਸ ਚੀਜ਼ਾਂ ਨੂੰ ਰਮਜ਼ਾਨ ਨੂੰ ਫੜਦੇ ਆ, ਜਿਵੇਂ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਅਰਥ ਨੂੰ, ਤਾਂ ਉਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਜਿਹੜੀਆਂ ਇਹ ਸਾਖੀਆਂ ਵਾ ਇਹਨਾਂ ਦੇ ਵਿੱਚੋਂ ਕਿਸ ਤਰ੍ਹਾਂ ਆਪਣੀ ਜਿਹੜੀ ਅਰਥ ਸ਼ਾਸਤਰਾਂ ਨੂੰ ਉਸਾਰ ਸਕਦੇ ਹਾਂ, ਅਰਥਾਂ ਦਾ ਜਿਹੜਾ ਵਿਗਿਆਨ ਹੈ ਉਹਨੂੰ ਉਸਾਰ ਸਕਦੇ ਹਾਂ, ਇਹਦੇ ਵਿੱਚ ਡੂੰਘੇ ਅਰਥ ਪਏ ਹੁੰਦੇ ਆ, ਅਤੇ ਗੁਰੂ ਸਾਹਿਬ ਉਸ ਵੇਲੇ ਉਹਨਾਂ ਨੂੰ ਕਿਵੇਂ ਸਮਝਾਉਂਦੇ ਆ, ਅਤੇ ਉਹਦੇ ਵਿੱਚ ਲਈ ਰਮਜ਼ ਜਿਹੜੀ ਕਿੰਨੀ ਕੁ ਪਕੜੀ ਗਈ, ਕਿੰਨੀ ਕੁ ਬਾਹਰ ਰਹਿ ਗਈ, ਹੋਰ ਕਿਹੜੀ ਜੀਨਸ ਉਹਨੂੰ ਫੜਦੀ ਆ,
ਇਹ ਵੱਖਰਾ ਡਿਬੇਟੇਬਲ ਮਸਲਾ ਹੋ ਸਕਦਾ, ਪਰ ਉਹਨਾਂ ਨੇ ਇਹਨਾਂ ਨੂੰ ਉਵੇਂ ਮੰਨਿਆ ਜਿਵੇਂ ਸਾਖੀਕਾਰ ਨੇ ਲਿਖਿਆ। ਉਹ ਇਸ ਤਰ੍ਹਾਂ ਕਿਸੇ ਦੇ ਉੱਤੇ ਕਹਿ ਲਓ ਕਿ ਉਹਨੂੰ ਪੱਟੀ ਮੇਸ ਨਹੀਂ ਕਰ ਦਿੰਦੇ, ਉਹਨੂੰ ਮਨਾ ਨਹੀਂ ਕਰ ਦਿੰਦੇ, ਉਹਨੂੰ ਰੱਦ ਨਹੀਂ ਕਰਦੇ, ਉਹਦੀ ਨਫੀ ਨਹੀਂ ਕਰਦੇ, ਉਹਦੀ ਵਜਾਹਤ ਕਰਦੇ ਸਗੋਂ। ਉਹਨੂੰ ਕਹਿੰਦੇ ਕਿ ਹਾਂ ਇਹ ਠੀਕ ਆ, ਇਹ 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 ਜਿਹੜੀ ਗੱਲ ਇਹਦੇ ਵਿੱਚ ਕਹੀ ਜਾ ਰਹੀ ਹੈ ਇਹਨੂੰ ਇਸ ਤਰ੍ਹਾਂ ਹੀ ਮੰਨਣਾ ਯੋਗ ਹੈ, ਪਰ ਉਹਦੇ ਅਰਥਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਸਾਨੂੰ। ਤੋ ਜਿਵੇਂ ਉੱਥੇ ਉਹ ਜੈਨੀਆਂ ਦਾ ਸ਼ਹਿਰ ਹੈ, ਉਹ ਅਹਿੰਸਾਵਾਦੀ ਹੈ, ਅਤੇ ਗੁਰੂ ਸਾਹਿਬ ਨਾਲ ਉਹਨਾਂ ਦੀ ਜਿਹੜੀ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਵੀ ਜੇ ਕਬੂਤਰ ਮਰ ਗਿਆ ਤਾਂ ਤੁਹਾਨੂੰ ਇਹ ਇਹ ਜੋ ਮਹਾਰਾਜ ਕਹਿੰਦੇ ਵੀ ਮਰਨਾ ਸਭ ਨੇ ਹੀ ਆ, ਮਰਨਾ ਸੱਚ ਹੈ। ਅਤੇ ਉਹ ਕਹਿੰਦੇ ਫਿਰ ਸਾਰੇ ਮਾਰ ਦਿਓ, ਅਤੇ ਉੱਥੇ ਫਿਰ ਸਾਰੇ ਕਬੂਤਰ ਮਹਾਰਾਜ ਦੇ ਵਚਨ ਨਾਲ ਮਰਦੇ ਆ, ਫਿਰ ਜਿੰਦਾ ਹੁੰਦੇ ਆ। ਉਹ ਇਹਦੀ ਜਿਸ ਤਰ੍ਹਾਂ ਦੀ ਵਿਆਖਿਆ ਕਰਦੇ ਆ, ਉਹ ਬੱਚਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਜਿਹੜੇ ਧਰਮ ਅਧਿਐਨ ਦੇ ਖੇਤਰ ਵਿੱਚ ਆਉਂਦੇ ਆ, ਕਿ ਉਹ 'ਚ ਸਮਝਣਾ ਚਾਹੀਦਾ ਵੀ ਮਹਾਰਾਜ ਉਹਨਾਂ ਨੂੰ ਸਮਝਾ ਰਹੇ ਆ, ਬਿਲਕੁਲ ਉਹਨਾਂ ਦੇ ਧਰਮ ਦੀ ਕੋਈ ਉਲੰਘਣਾ ਨਹੀਂ ਕੀਤੀ ਜਾ ਰਹੀ, ਉਹਨਾਂ ਦੀ ਜਿਹੜੀ ਅਹਿੰਸਾਵਾਦੀ ਚੀਜ਼ ਹੈ ਉਹਨੂੰ ਦੱਸਿਆ ਜਾ ਰਿਹਾ ਵੀ ਕੁਦਰਤ ਦਾ ਨਿਯਮ, ਅਕਾਲ ਪੁਰਖ ਦਾ ਨਿਯਮ ਕਿਵੇਂ ਚੱਲਦਾ ਅਤੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਕਿਵੇਂ ਬਦਲਦਾ, ਗੁਰੂ ਕਰਨ ਕਾਰਨ ਸਮਰੱਥ ਕਿਵੇਂ ਉੱਥੇ ਦੱਸਦੇ ਵੀ ਚੋਗਾ ਪਾਓ ਤਾਂ ਉੱਠਣਗੇ ਤਾਂ ਉੱਠਦੇ ਆ, ਅਤੇ ਕਪੂਰ ਸਿੰਘ ਨੂੰ ਉਵੇਂ ਹੀ ਮੰਨ ਰਿਹਾ। ਅਤੇ ਜਿਹਨੂੰ ਵਿਗਿਆਨ ਦੀ ਇੰਨੀ ਸਮਝ ਆ, ਜਿਹੜਾ ਖਗੋਲ ਵਿੱਦਿਆ ਦੇ ਐਡੇ ਐਡੇ ਵੱਡੇ ਲੇਖ ਲਿਖ ਸਕਦਾ, ਜਿੰਦਾ ਜਿਹੜਾ ਸਾਇੰਸ ਦੀ ਉਸ ਵੇਲੇ ਦੀ ਜਿਹੜੀ ਕੈਂਬਰੇਜ ਵਿੱਚ ਪੜ੍ਹੀ ਹੋਈ ਪੜ੍ਹਾਈ ਆ, ਉਹਦੇ ਵਿੱਚ ਉਹਨਾਂ ਨੂੰ ਜਿਹੜੇ ਸਾਇੰਸ ਵਾਲੇ ਬੰਦੇ ਉਹਨਾਂ ਨੂੰ ਮਿਲਦਾ ਬਰਟਨ ਰਸਲ ਨਾਲ ਉਹਦਾ ਬਹਿਣ ਉੱਠਣਾ, ਅਤੇ ਜਿਹੜੇ ਵੱਡੇ ਬੰਦਿਆਂ ਦੇ ਵਿੱਚ। ਇੱਕ ਗੱਲ ਜਿਹੜੀ ਸਰਦਾਰ ਕਪੂਰ ਸਿੰਘ ਬਾਰੇ ਮੈਂ ਵੱਖਰੇ ਤੌਰ 'ਤੇ ਇੱਥੇ ਕਹਿਣੀ ਚਾਹੁੰਦਾ, ਦੇਖੋ ਸਰਦਾਰ ਕਪੂਰ ਸਿੰਘ ਇੱਕ ਤਾਂ ਹੈਗਾ ਨਾ ਵੀ ਉਹਨੇ ਸਿੱਖਾਂ ਨੂੰ ਇੱਕ ਰਾਹ ਦਿੱਤਾ, ਅਨੰਦਪੁਰ ਸਾਹਿਬ ਦਾ ਮਤੇ ਦਾ ਲੇਖਕ ਹੈ ਅਤੇ ਹੋਰ ਗੱਲਾਂ ਸਿੱਖਾਂ ਦੇ ਕਰਦੇ, ਸਿੱਖਾਂ ਨੂੰ ਚੰਗਾ ਲੱਗਣਾ ਹੀ ਹੈ। ਪਰ ਦੇਖੋ ਵੀ ਸਰਦਾਰ ਕਪੂਰ ਸਿੰਘ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਪੜ੍ਹ ਕੇ ਕੈਂਬਰਿਜ ਗਏ, ICS ਸਨ, ਸਭ ਤੋਂ ਪ੍ਰਤਿਸ਼ਠਿਤ ਨੌਕਰੀ ਰਹੀ ਉਹ ਆਪਣੀ ਉਸ ਵੇਲੇ ਐਲੀਜੀਬਿਲਟੀ ਸ਼ੋਅ ਕਰਦੇ, ਉਸ ਵੇਲੇ ਉਹ ਕਿਹੜੇ ਦੁਨੀਆਂ ਦੇ ਕਿਹੜੇ ਵੱਡੇ ਬੰਦਿਆਂ ਨੂੰ ਮਿਲ ਰਹੇ, ਜਿਵੇਂ ਬਰਟਨ ਰਸਲ ਦਾ ਮੈਂ ਨਾਂ ਲਿਆ, ਹੋਰ ਬੰਦਿਆਂ ਨਾਲ ਜਿਨ੍ਹਾਂ ਦੇ ਉਹ ਸਟੂਡੈਂਟ ਰਹੇ, ਜਿਨ੍ਹਾਂ ਦੇ ਕੋਲ ਉਹ ਪੜ੍ਹੇ, ਜਿਹੜੀਆਂ ਵੱਡੀਆਂ ਬਹਿਸਾਂ ਹਿੰਦੁਸਤਾਨ ਦੇ ਜਿਹੜੇ ਵੱਡੇ ਘਰਾਨਿਆਂ ਦੇ ਬੱਚੇ ਉੱਥੇ ਪੜ੍ਹਦੇ ਸਨ, ਉਹਨਾਂ ਨਾਲ ਉਹਨਾਂ ਦਾ ਬਹਿਣ ਉੱਠਣ ਸੀਗਾ। ਔਰ ਉਸ ਵੇਲੇ ਜਿਹੜੀ ਮੁਸਲਮਾਨ ਜੀਨੀਅਸ ਹੈ ਉਹਨਾਂ ਦੇ ਨਾਲ, ਜਿਵੇਂ ਉਸ ਵੇਲੇ ਉਹਨਾਂ ਦੇ ਗੱਲਬਾਤ ਮੁਹੰਮਦ ਅਲੀ ਜਿਨ੍ਹਾਂ ਦੇ ਨਾਲ ਜਿਹੜੀ ਗੱਲਬਾਤ ਉਹਨਾਂ ਦੀ ਹੁੰਦੀ ਹੈ, ਉਹਦੇ 'ਚੋਂ ਉਹਨਾਂ ਦੀ ਜੀਨੀਅਸ ਦਾ ਪਤਾ ਲੱਗਦਾ ਵੀ ਉਹ ਕਿਸ ਲੈਵਲ ਦੇ ਬੰਦੇ ਸਨ, ਅਤੇ ਜਿਨ੍ਹਾਂ ਉਹਨਾਂ 'ਤੇ ਵਿਸ਼ਵਾਸ ਕਰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਵੀ ਲਾਉਂਦਾ ਕਈ ਕੰਮਾਂ ਦੇ ਲਈ। ਦੇਖੋ ਇਸ ਤਰ੍ਹਾਂ ਦਾ ਬੰਦਾ ਸੀਗਾ ਜਿਹੜਾ ਜਿਹੜਾ ਕਹਿ ਲਓ ਕਿ ਹਿੰਦੁਸਤਾਨ ਤੋਂ ਵੀ ਟਰਾਂਸ ਕਰ ਗਿਆ, ਟਰਾਂਸੈਂਡ ਕਰ ਗਿਆ, ਅਤੇ ਦੁਨੀਆਂ ਦੇ ਵਿੱਚ ਜਿੰਨੇ ਦਾਇਰੇ ਸਨ ਉਹਨਾਂ ਨੂੰ ਟਰਾਂਸੈਂਡ ਕਰ ਗਿਆ ਅਤੇ ਵੱਡੇ ਘੇਰਿਆਂ ਵਿੱਚ ਚਲਾ ਗਿਆ ਤੁਹਾਡੇ ਵਿੱਚੋਂ ਉੱਠ ਕੇ। ਅਤੇ ਇਹ ਉਹਨਾਂ ਦੀ ਸ਼ਖਸੀਅਤ ਦਾ ਬਹੁਤ ਵੱਡਾ ਪੱਖ ਸੀਗਾ ਜਿਹਦਾ ਕਰਕੇ ਉਹ ਇੰਨੇ ਵੱਡੇ ਘੇਰੇ ਵਿੱਚ ਜਾਂਦੇ। ਫਿਰ ਮੈਂ ਉਹਨਾਂ ਦੀ ਯਾਦਦਾਸ਼ਤ ਦਾ ਬਹੁਤ ਕਾਇਲ ਹਾਂ, ਜਦੋਂ ਇੱਕ ਵਾਰ ਚੀਜ਼ ਪੜ੍ਹ ਲੈਂਦੇ ਆ, ਇਹ ਗੱਲ ਡਾਕਟਰ ਗੁਰਭਗਤ ਸਿੰਘ ਹੋਣਾ ਨੇ ਲਿਖੀ ਹੈ ਉਹਨਾਂ ਦੇ ਬਾਰੇ ਜਿਹੜਾ ਲੇਖ ਲਿਖਿਆ ਉਹਦੇ ਵਿੱਚ, ਕਿ ਉਹ ਇੱਕ ਜਦੋਂ ਬਲੇਕ ਅਤੇ PhD ਕਰਕੇ ਵਾਪਸ ਆਏ ਤਾਂ ਡਾਕਟਰ ਅਤਰ ਸਿੰਘ ਨੇ ਉਹਨਾਂ ਨੂੰ ਮਿਲਾਇਆ ਸਰਦਾਰ ਕਪੂਰ ਸਿੰਘ ਨਾਲ, ਅਤੇ ਉਹ ਕਹਿੰਦੇ ਜੀ ਇਹ ਨੌਜਵਾਨ ਬੜਾ ਕਹਿ ਲਓ ਕਿ ਲਿਆਕਤਦਾਰ ਬੰਦਾ ਹੈ ਅਤੇ ਇਹ ਹੁਣੇ ਹੁਣੇ ਬਲੇਕ ਅਤੇ PhD ਕਰਕੇ ਆਇਆ। ਉਹ ਕਹਿੰਦੇ ਜੀ ਮੈਂ ਇਹਨੂੰ ਜਾਣਦਾ, ਅਤੇ ਡਾਕਟਰ ਗੁਰਭਗਤ ਸਿੰਘ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਇਸ ਗੱਲ ਤੋਂ ਕਿ ਉਹ ਕਹਿੰਦੇ ਮੈਂ ਇਹਨਾਂ ਨੂੰ ਦਿੱਲੀ ਬੋਲਦਿਆਂ ਸੁਣਿਆ ਸੀਗਾ ਇੱਕ ਸਾਹਿਤਕ ਸੈਮੀਨਾਰ ਵਿੱਚ, ਅਤੇ ਡਾਕਟਰ ਗੁਰਭਗਤ ਸਿੰਘ ਕਹਿੰਦੇ ਕਿ ਉਸ ਗੱਲ ਨੂੰ 18 ਸਾਲ ਬੀਤ ਚੁੱਕੇ ਨੇ ਅਤੇ ਅੱਜ ਵੀ ਇਹਨਾਂ ਨੂੰ ਉਵੇਂ ਹੀ ਯਾਦ ਹੈ ਜਿਹੜੀ ਗੱਲ 18 ਸਾਲ, ਉਹਨਾਂ ਦੀ ਯਾਦਦਾਸ਼ਤ ਇੰਨੀ ਜ਼ਬਰਦਸਤ। ਇਸੇ ਕਰਕੇ ਜਦੋਂ ਉਹ ਲਿਖਦੇ ਨੇ ਤਾਂ ਉਹਦੇ ਵਿੱਚ ਕੋਈ ਰੈਫਰੈਂਸ ਧੰਮਪਦ 'ਚੋਂ ਆ ਰਹੀ ਹੈ, ਪਾਲੀ ਲਿਪੀਆਂ 'ਚੋਂ ਆ ਰਹੀ ਹੈ, ਕੋਈ ਰੈਫਰੈਂਸ ਸੰਸਕ੍ਰਿਤ 'ਚੋਂ ਆ ਰਹੀ, ਅਰਬੀ ਦੇ ਜਿਹੜੇ ਓਰਿਜਨਲ ਟੈਕਸਟ ਦੇ ਵਿੱਚੋਂ ਇਹ ਗੱਲ ਆ ਰਹੀ। ਇਸੇ ਕਰਕੇ ਉਹਨਾਂ ਦਾ ਦਾਇਰਾ ਵੱਡਾ, ਜਿਹੜਾ ਵਹਿਤੁਲ ਅਤੇ ਵਜੂਦ ਔਰ ਵਹਿਤੁਲ ਸ਼ਹੂਦ ਵਾਲਾ ਮਸਲਾ ਆ, ਜਿਸ ਪੱਧਰ 'ਤੇ ਜਾ ਕੇ ਉਹ ਡਿਸਕਸ ਕਰ ਰਹੇ ਆ ਜਿਵੇਂ ਉਹਨਾਂ ਨੇ ਓਰਿਜਨਲ ਟੈਕਸਟ ਤੋਂ ਪੜ੍ਹਿਆ ਹੋਇਆ ਅਤੇ ਉਹਨਾਂ ਨੂੰ ਕੋਟ ਕਰ ਰਹੇ ਆ, ਇਵੇਂ ਦਾ ਪੜ੍ਹਿਆ ਹੋਇਆ ਉਹਨਾਂ ਤੋਂ ਪਹਿਲਾਂ ਦਾ ਹੋਰ ਜਿਹੜਾ ਬਹਿਸ ਦਾ ਕੋਈ ਸਿਲਸਿਲਾ ਆ ਇਹਦੇ ਉੱਤੇ ਸਿੱਖਾਂ ਵਾਲੇ ਪਾਸੋਂ ਕਿਸੇ ਨੇ ਹੋਰ ਕੀਤਾ ਹੋਵੇ, ਉਹ ਮੇਰੇ ਦ੍ਰਿਸ਼ਟੀਗੋਚਰ ਨੇ, ਜੇ ਹੋਵੇ ਤਾਂ ਮੈਨੂੰ ਦੱਸਦਾ ਜਾਵੇ, ਅਤੇ ਮੇਰੇ ਲਈ ਭਲੇ ਵਾਲੀ ਗੱਲ ਹੋਏਗੀ। ਮੈਂ ਇਹ ਸਮਝਦਾ ਵੀ ਸਰਦਾਰ ਕਪੂਰ ਸਿੰਘ ਨੇ ਇੰਨੀ ਡੈਪਥ ਵਿੱਚ ਜਾ ਕੇ ਇੰਨੇ ਵੱਡੇ ਮਸਲਿਆਂ ਨੂੰ ਹੱਲ ਪਾਇਆ, ਇਹ ਉਹਨਾਂ ਦੀ ਪਰਸਨੈਲਿਟੀ ਦਾ, ਉਹਨਾਂ ਦੇ ਚਿੰਤਨ ਦਾ ਇੱਕ ਪਸਾਰ ਬਣਦਾ। ਮੌਲਿਕਤਾ ਵਾਲੀ ਗੱਲ ਆਪਾਂ ਕਰ ਚੁੱਕੇ, ਇੱਕ ਮੈਂ ਲਾਸਟ ਗੱਲ ਉਹਨਾਂ ਦੀ ਸਿਰਜਣਾਤਮਕਤਾ ਬਾਰੇ ਕਰਨੀ ਚਾਹੁੰਦਾ। ਸਰਦਾਰ ਕਪੂਰ ਸਿੰਘ ਕੇਵਲ ਐਨਾਲਿਟੀਕਲ ਨਹੀਂ ਸੋਚਦੇ,
ਜਦੋਂ ਉਹ ਆਪਣੀ ਗੱਲ ਨੂੰ ਕਹਿਣਾ ਚਾਹੁੰਦੇ ਆ ਤਾਂ ਬਹੁਤ ਜ਼ਿਆਦਾ ਸਿਰਜਣਾਤਮਕ ਤਰੀਕੇ ਨਾਲ ਕਹਿੰਦੇ, ਜਿਵੇਂ ਉਹਨਾਂ ਦੇ ਲੇਖਾਂ ਦੇ ਜਿਹੜੇ ਸਿਰਲੇਖ ਨੇ ਟਾਈਟਲ ਬਣਾਏ ਨੇ ਉਹ ਦੇਖੋ, ਕਿਤਾਬਾਂ ਦੇ ਸਿਰਲੇਖ ਬਣਾਏ ਨੇ ਉਹ ਦੇਖੋ, ਜਾਂ ਫਿਰ ਉਹਨਾਂ ਦੇ ਵਾਕਾਂ ਦੀ ਬਣਤਰ ਦੇਖੋ, ਉਹਦੇ ਵਿੱਚ ਜਿਹੜੀ ਰਵਾਨੀ ਆ ਉਹਨੂੰ ਦੇਖੋ, ਵਾਕ ਦੇ ਵਿੱਚ ਵਹਾਅ ਦੇਖੋ ਕਿਵੇਂ ਚੱਲਦਾ। ਪ੍ਰੋਫੈਸਰ ਪੂਰਨ ਸਿੰਘ ਦਾ ਵਹਾਅ ਹੋਰ ਤਰ੍ਹਾਂ ਦਾ, ਸਰਦਾਰ ਕਪੂਰ ਸਿੰਘ ਦਾ ਵਹਾਅ ਹੋਰ ਤਰ੍ਹਾਂ ਦਾ, ਉਹ ਗਿਆਨ ਦਾ ਹੜ੍ਹ ਵਗਾ ਦਿੰਦਾ, ਜਿਵੇਂ ਉਹ ਅਸਮਾਨ ਨੂੰ ਖੋਲ੍ਹਦਾ ਆ ਪਿੱਛੇ ਆਪਣੇ ਕਿਸੇ ਖਿਆਲ ਨੂੰ ਸੋਧਣ ਦੇ ਲਈ ਜਾਂ ਉਹਨੂੰ ਸਪੱਸ਼ਟ ਕਰਨ ਦੇ ਲਈ, ਜਿਵੇਂ ਉਹ ਪਿੱਛੇ ਇੱਕ ਅਰਥਾਂ ਦੀ ਦੁਨੀਆ ਨੂੰ ਖੋਲ੍ਹ ਦਿੰਦਾ ਆ ਪਿੱਛੇ, ਉਵੇਂ ਦੀ ਲਿਆਕਤ ਜਿਹੜੀ ਬਹੁਤ ਵਿਰਲੇ ਬੰਦਿਆਂ ਕੋਲ ਹੁੰਦੀ। ਇਸੇ ਕਰਕੇ ਆਪਾਂ ਉਹਨੂੰ ਜੀਨੀਅਸ ਕਹਿ ਰਹੇ ਹਾਂ ਕਿ ਇੱਕ ਜੀਨੀਅਸ ਸੀਗਾ, ਉਹਦੀ ਜਿਹੜੀ ਕਹਿ ਲਓ ਕਿ ਸੱਚ ਦੀ ਪਛਾਣ ਆ ਉਹ ਬਹੁਤ ਜ਼ਬਰਦਸਤ ਸੀ। ਨਾ ਕੇਵਲ ਉਹਨਾਂ ਨੇ ਆਪਣੇ ਹੋਣ ਦੇ ਰਾਹੀਂ ਪੂਰੀ ਸਿੱਖਾਂ ਦੀ ਹੋਣੀ ਦੇ ਸੱਚ ਨੂੰ ਪਛਾਣਿਆ, ਬਲਕਿ ਉਹਦਾ ਇੱਕ ਕੰਟੈਕਸਟ ਬਣਾਇਆ ਕਿ ਇਹ ਜਿਹੜਾ ਸੱਚ ਹੈ ਇਸ ਸੰਦਰਭ ਦੇ ਵਿੱਚ ਦੇਖਿਆ ਜਾਵੇ, ਕਮਨਲ ਅਵਾਰਡ ਦੇ ਸੰਦਰਭ ਵਿੱਚ ਦੇਖਿਆ ਜਾਵੇ, ਹਿੰਦੂ ਬਿਰਤੀ ਦੇ ਸੰਦਰਭ ਵਿੱਚ ਦੇਖਿਆ ਜਾਵੇ। ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਉਹ ਕਿਹਾ ਰਾਜ ਮੱਧ ਵਿੱਚ ਮਾਤੇ ਹੋਏ ਹਿੰਦੂ। ਉਹਨਾਂ ਨੇ ਸਾਰੇ ਹਿੰਦੂਆਂ ਨੂੰ ਨਹੀਂ ਕਿਹਾ ਇਸ ਤਰ੍ਹਾਂ ਦੇ ਨੇ, ਉਹਨਾਂ ਕਿਹਾ ਜਿਨ੍ਹਾਂ ਦੇ ਉੱਤੇ ਰਾਜ ਮੱਧ ਰਾਜ ਦਾ ਹੰਕਾਰ ਛਾ ਜਾਂਦਾ ਹੈ ਉਹ ਫਿਰ ਸਿੱਖਾਂ ਨਾਲ ਇਸ ਤਰ੍ਹਾਂ ਕਰਦੇ ਨੇ, ਇਵੇਂ ਜਲੀਲ ਕਰਦੇ ਨੇ ਉਹਨਾਂ ਨੂੰ, ਉਹ ਤੁਹਾਡੀ ਲਿਆਕਤ ਦਾ ਦੁੱਖੀ ਮੁੱਲ ਨਹੀਂ ਪਾਉਂਦੇ ਅਤੇ ਉਹ ਤੁਹਾਨੂੰ ਰੋਲ ਕੇ ਰੱਖ ਦਿੰਦੇ ਨੇ। ਉਹ ਚੀਜ਼ਾਂ ਦੀ ਗੱਲ ਉਹ ਕਰਦੇ, ਸੱਚ ਦੀ ਪਛਾਣ ਬਹੁਤ ਜ਼ਬਰਦਸਤ ਹੈ। ਇਹ ਵੀ ਕਪੂਰ ਸਿੰਘ ਦੇ ਇੱਕ ਪਸਾਰ ਬਣਦੇ ਨੇ ਉਹਨਾਂ ਦੀ ਸ਼ਖਸੀਅਤ ਦੇ, ਉਹਨਾਂ ਦੇ ਚਿੰਤਨ ਦੇ, ਜਿਹੜੀ ਸੂਖਮਤਾ ਦੀ ਗੱਲ। ਸਰਦਾਰ ਕਪੂਰ ਸਿੰਘ ਵੱਡੀਆਂ ਚੀਜ਼ਾਂ ਨੂੰ ਪੜ੍ਹਨ ਦੇ ਲਈ, ਉਹਨਾਂ ਦੇ ਵਿੱਚ ਉਤਰਨ ਦੇ ਲਈ ਟੈਕਸਟ ਫਰੋਲਦੇ ਨੇ ਅਤੇ ਉਹਨਾਂ ਨੂੰ ਸਰਲ ਕਰਦੇ ਹੋਏ ਸਾਡੇ ਪੱਧਰ 'ਤੇ ਲੈ ਆਉਂਦੇ ਨੇ। ਉਸ ਦੀ ਉਸ ਸੱਚ ਦੀ ਸਾਰੀ ਸੂਖਮਤਾ ਉਹ ਸਾਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ। ਉਸ ਦਾ ਜਿਹੜਾ ਵਾਕ ਬਣਤਰ ਦਾ ਸਿਲਸਿਲਾ ਹੈ ਜਾਂ ਉਹਦੇ ਵਿੱਚ ਜਿਹੜੀ ਦਲੀਲ ਪੇਸ਼ ਕਰਨ ਦੀ ਉਹਨਾਂ ਦੀ ਅਦਾ ਹੈ ਉਹ ਬੜੀ ਵੱਖਰੀ ਹੈ। ਅਤੇ ਜਿਹੜੀ ਚੀਜ਼ ਨੇ ਮੈਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਉਹ ਇਹ ਹੈ ਕਿ ਉਹ ਸਾਨੂੰ ਬਹੁਤ ਸਾਰੇ ਦਬਾਵਾਂ ਤੋਂ ਮੁਕਤ ਕਰ ਦਿੰਦੇ, ਉਹ ਸਾਨੂੰ ਇੱਕ ਆਜ਼ਾਦ ਸ਼ਖਸੀਅਤ ਬਣਾਉਂਦੇ, ਉਹ ਸਾਡੀ ਹਿੱਕ ਦੇ ਵਿੱਚ ਅੰਤਾਂ ਦਾ ਜ਼ੋਰ ਭਰ ਦਿੰਦਾ ਹੈ। ਉਹ ਕਹਿੰਦਾ ਬਰਾਬਰ ਦੀ ਧਿਰ ਬਣ ਕੇ ਗੱਲ ਕਰਨੀ ਸਿੱਖੋ ਅਤੇ ਇੰਨੀ ਲਿਆਕਤ ਪੈਦਾ ਕਰੋ ਕਿ ਅਗਲਾ ਬੰਦਾ ਤੁਹਾਡੀ ਗੱਲ ਨੂੰ ਸੁਣੇ ਔਰ ਮੰਨੇ, ਉੱਥੇ ਦਲੀਲ ਹੋਣੀ ਚਾਹੀਦੀ ਹੈ ਗੱਲ ਦੇ ਵਿੱਚ। ਮੇਰੇ ਖਿਆਲ ਨਾਲ ਜੇ ਇਹ ਚੀਜ਼ਾਂ ਸਿੱਖ ਸਿਆਸਤ ਵਿੱਚ ਔਰ ਸਿੱਖ ਧਰਮ ਦੇ ਵਿੱਚ ਜਿਹੜੇ ਧਰਮ ਪ੍ਰਚਾਰ ਦੀ ਦੁਨੀਆ ਨਾਲ ਜੁੜੇ ਹੋਏ ਜਾਂ ਧਰਮ ਦੇ ਪਸਾਰ ਦੇ ਵਿੱਚ ਕੰਮ ਕਰਨ ਵਾਲੀਆਂ ਵੱਖ ਵੱਖ ਤਰ੍ਹਾਂ ਦੇ ਕਈ ਵੱਖ ਵੱਖ ਤਰ੍ਹਾਂ ਦੇ ਸੇਵਾ ਦੇ ਤਰੀਕੇ ਹੁੰਦੇ ਆ ਹੋਰ ਜੀ, ਉਹਨਾਂ ਬੰਦਿਆਂ ਦੇ ਵਿੱਚ ਇਹ ਚੀਜ਼ਾਂ ਆ ਜਾਣ ਅਤੇ ਬਹੁਤ ਜ਼ਿਆਦਾ ਤਰੱਕੀ ਹੋ ਜਾਂਦੀ ਆ, ਰਾਤੋਂ ਰਾਤ ਹੀ ਦ੍ਰਿਸ਼ ਬਦਲਣ ਵਾਲੀ ਗੱਲ ਹੋ ਜਾਂਦੀ ਹੈ ਜੇ ਆਪਾਂ ਜਿਸ ਤਰ੍ਹਾਂ ਦਾ ਬੰਦਾ ਸਰਦਾਰ ਕਪੂਰ ਸਿੰਘ ਬਣਾਉਣਾ ਚਾਹੁੰਦੇ ਆ, ਜੇ ਉਸ ਤਰ੍ਹਾਂ ਦੇ ਬੰਦੇ ਬਣਨ ਦੀ ਆਪਾਂ ਕੋਸ਼ਿਸ਼ ਕਰੀਏ। ਤਾਂ ਸਰਦਾਰ ਕਪੂਰ ਸਿੰਘ ਨੇ ਨਿੱਜੀ ਤੌਰ 'ਤੇ ਸਮੂਹਿਕ ਤੌਰ 'ਤੇ ਬਹੁਤ ਕੁਛ ਜਿਹੜਾ ਆ ਉਹ ਸਿੱਖਾਂ ਨੂੰ ਦਿੱਤਾ। ਜਿਹੜਾ ਇੱਕ ਨਿੱਜੀ ਤੌਰ 'ਤੇ ਮੈਂ ਇਹਨਾਂ ਸੰਦਰਭ ਕਰਦਾ ਕਿ ਜਿਵੇਂ ਕੋਈ ਵੀ ਬੰਦਾ ਪੜ੍ਹ ਕੇ ਨਿੱਜੀ ਤੌਰ 'ਤੇ ਆਪਣੀ ਸ਼ਖਸੀਅਤ ਨੂੰ ਉੱਚਾ ਚੁੱਕ ਸਕਦਾ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਸੋਚੀਦਾ ਆ, ਜਿਹੜੇ ਦੁਨੀਆ 'ਚ ਗਿਆਨ ਦੇ ਪਸਾਰ ਨੇ ਉਹਨਾਂ ਦੇ ਵਿੱਚ ਕਿਵੇਂ ਸ਼ਾਮਲ ਹੋਣਾ, ਕਿਵੇਂ ਦਾਖਲ ਹੋਣਾ ਹੈ ਅਤੇ ਉਹਨਾਂ ਦੇ ਵਿੱਚੋਂ ਆਪਣੇ ਕੰਮ ਦੀ ਚੀਜ਼ਾਂ ਕਿਵੇਂ ਪਛਾਣ ਕੇ ਲਿਆਉਣੀਆਂ ਹੈ। ਦੁਨੀਆ ਦੇ ਵਿੱਚ ਜੀਨੀਅਸ ਉਹ ਹੀ ਮੰਨੀ ਗਈ ਹੈ ਜਿਹੜੀ ਤੁਹਾਡੇ ਕੰਮ ਦੀ ਗੱਲ ਤੁਹਾਨੂੰ ਦੱਸਿਆ ਜਦੋਂ ਤੁਸੀਂ ਜ਼ਿੰਦਗੀ 'ਚ ਵਰਤਦੇ ਹੋ ਕਿਤੇ, ਅਤੇ ਅਸੀਂ ਸਰਦਾਰ ਕਪੂਰ ਸਿੰਘ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਰਤਦੇ ਹਾਂ, ਵਰਤ ਸਕਦੇ ਹਾਂ। ਪਹਿਲੇ ਸਮਿਆਂ 'ਚ ਵੀ ਇਸ ਤਰ੍ਹਾਂ ਹੁੰਦਾ ਆ ਅਤੇ ਹੁਣ ਵੀ ਉਹਦੀ ਬਹੁਤ ਜ਼ਿਆਦਾ ਲੋੜ ਹੈ। ਤਾਂ ਮੈਂ ਸਮਝਦਾ ਕਿ ਜਿਹੜੀਆਂ ਇਹ ਗੱਲਾਂ ਨੇ ਸਰਦਾਰ ਕਪੂਰ ਸਿੰਘ ਜੀ ਦੀਆਂ, ਉਹਨਾਂ ਦੀਆਂ ਕੈਟੇਗਰੀਜ਼ ਰਾਜਨੀਤਿਕ ਖੇਤਰ ਵਿੱਚ ਵੀ ਬਣਦੀਆਂ ਨੇ, ਧਰਮ ਸ਼ਾਸਤਰ ਦੇ ਖੇਤਰ ਵਿੱਚ ਵੀ ਬਣਦੀਆਂ ਨੇ, ਗਿਆਨ ਵਿਗਿਆਨ ਦੇ ਖੇਤਰ ਵਿੱਚ ਵੀ ਬਣਦੀਆਂ ਨੇ, ਗਿਆਨ ਸਾਹਿਤ ਜਿਹਨੂੰ ਆਪਾਂ ਆਖਦੇ ਨੇ, ਜਿਹੜਾ ਜਿਹੜੇ ਦੁਨੀਆ ਦੇ ਵਿੱਚ ਫਿਲੋਸਫੀ ਚੱਲ ਰਹੀ ਸੀਗੀ ਜਾਂ ਉਹ ਤੋਂ ਬਾਅਦ ਵੀ ਫਿਲੋਸਫੀ ਦੇ ਨਵੇਂ ਸਕੂਲ ਵੀ ਆ ਗਏ, ਜਿਨ੍ਹਾਂ ਜਿਨ੍ਹਾਂ ਦੀ ਵੀ ਇੱਕ ਸੱਭਿਅਤਾ ਨੂੰ ਉੱਚੀ ਸੱਭਿਅਤਾ ਬਣਨ ਦੀ ਲੋੜ ਹੁੰਦੀ ਆ, ਉਹ ਸਾਰੀਆਂ ਗੱਲਾਂ ਸਰਦਾਰ ਕਪੂਰ ਸਿੰਘ ਜੀ ਉਹ ਸਾਨੂੰ ਦੱਸਦੇ ਆ। ਅਤੇ ਇੱਕ ਗੱਲ ਜਿਹੜੀ ਮੈਂ ਕਹਿ ਕੇ ਤੁਹਾਡੇ ਤੋਂ ਖਿਮਾ ਮੰਗਣੀ ਚਾਹੁੰਦਾ,
ਕਿ ਉਹਨਾਂ ਨੇ ਜਿਹੜਾ ਤੁਹਾਡਾ ਬੀਤਿਆ ਸਮਾਂ ਸੀਗਾ ਉਹਦਾ ਸਾਰਾ ਹੀ ਹੁਸਨ ਖਿੱਚ ਕੇ ਉਹ ਤੁਹਾਡੇ ਭਵਿੱਖ 'ਚ ਲਾਤਾ ਹੈ। ਤੁਸੀਂ ਆਪਣੇ ਭਵਿੱਖ ਨੂੰ ਓਨਾ ਹੀ ਸ਼ਾਨਦਾਰ ਬਣਾ ਸਕਦੇ ਹੋ ਜਿੰਨਾ ਸ਼ਾਨਦਾਰ ਤੁਹਾਡਾ ਬੀਤਿਆ ਸਮਾਂ ਸੀਗਾ। ਔਰ ਇਹ ਜਿਹੜਾ ਹੁਣ ਸਾਡਾ ਰੋਲ ਘਚੋਲ ਪਿਆ ਹੋਇਆ ਅਤੇ ਜਿਹਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਹਾਲਤ ਵਿੱਚ ਜੀ ਰਹੇ ਹਾਂ, ਜਿਹ 'ਚ ਕੋਈ ਰਾਹ ਨਹੀਂ ਬਣ ਰਿਹਾ ਜਾਂ ਨਿਰਾਸ਼ਤਾ ਹੈ, ਜੋ ਮੈਂ ਆਇਆ ਸੀਗਾ ਸਰ ਪਰਮਜੀਤ ਸਿੰਘ ਜੀ ਉਹਨਾਂ ਦੀ ਪਹਿਲੀ ਗੱਲ ਸ਼ਾਇਦ ਇਹ ਸੀ ਕਿ ਨਿਰਾਸ਼ਤਾ ਬਹੁਤ ਹੈ ਅਤੇ ਇਹ ਕਪੂਰ ਸਿੰਘ ਇਸ ਨਿਰਾਸ਼ਤਾ ਜੋ ਕਿਵੇਂ ਕੱਢਦਾ ਉਹ ਇੱਕੋ ਝਟਕੇ 'ਚ ਕੱਢ ਦਿੰਦਾ ਅਤੇ ਜਦੋਂ ਅਸੀਂ ਉਹਨੂੰ ਪੜ੍ਹਦੇ ਹਾਂ ਪਤਾ ਫਿਰ ਲੱਗਦਾ ਇਹ ਅਨੁਭਵ 'ਚੋਂ ਲੰਘਣਾ ਪੈਣਾ ਅਤੇ ਉਹ ਅਨੁਭਵ 'ਚੋਂ ਲੰਘਾ ਦਿੰਦਾ ਅਤੇ ਉਹ ਆਜ਼ਾਦ ਕਰ ਦਿੰਦਾ ਬੰਦੇ ਨੂੰ ਅਤੇ ਉਹ ਨਿਰਾਸ਼ਤਾ ਸਾਰੀ ਖਤਮ ਹੋ ਜਾਂਦੀ ਹੈ। ਕਿਉਂਕਿ ਉਹਨੇ ਉਹ ਵੱਡੀਆਂ ਚੀਜ਼ਾਂ ਨੂੰ ਮਹਿਸੂਸ ਕੀਤਾ ਹੋਇਆ। ਜਦੋਂ ਉਹ ਕਹਿੰਦਾ ਨਾ ਤੁਸੀਂ ਤ੍ਰੈ ਕਾਲ ਅਧਿਕਾਰੀ ਹੋ ਰਾਜ ਕਰਨ ਦੇ, ਉਹ ਐਵੇਂ ਨਹੀਂ ਕਹਿੰਦਾ, ਉਹਦਾ ਖੂਨ ਦਾ ਕਤਰਾ ਕਤਰਾ ਉਹਨੂੰ ਕਹਿੰਦਾ ਵੀ ਸਿੱਖ ਤ੍ਰੈ ਕਾਲ ਅਧਿਕਾਰੀ ਨੇ। ਉਹ ਕਹਿੰਦਾ ਇਹ ਜਨਮ ਸਿੱਧ ਅਧਿਕਾਰੀ ਨੇ। ਉਹ ਜਦੋਂ ਲਿਖਦੇ ਨੇ ਅਨੰਦਪੁਰ ਸਾਹਿਬ ਦਾ ਮਤਾ ਉਹਦੀਆਂ ਲਾਈਨਾਂ ਪੜ੍ਹੋ ਅਤੇ ਅੱਖਰ ਅੱਖਰ ਪੜ੍ਹੋ ਤੁਸੀਂ, ਉਹ ਕਹਿੰਦਾ ਤੁਹਾਨੂੰ ਚੀਨ ਮੰਨਦਾ, ਰੂਸ ਮੰਨਦਾ, ਤੁਹਾਨੂੰ ਅਮਰੀਕਾ ਮੰਨਦਾ, ਤੁਹਾਨੂੰ ਇੰਗਲੈਂਡ ਮੰਨਦਾ, ਤੁਹਾਨੂੰ ਵੀ ਤੁਸੀਂ ਇਹਦੇ ਅਧਿਕਾਰੀ ਹੋ। ਅਤੇ ਜੇ ਤੁਸੀਂ ਆਪਣੇ ਉਸ ਅਧਿਕਾਰ ਦੀ ਗੱਲ ਕਰ ਰਹੇ ਹੋ ਜਿਹੜਾ ਤੁਹਾਡਾ ਜਨਮ ਸਿੱਧ ਅਧਿਕਾਰ ਹੈ ਅਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਮੁਸ਼ਕਲਾਂ 'ਚ ਤੁਹਾਨੂੰ ਲੰਘਣਾ ਪੈ ਰਿਹਾ ਉਹਦੇ 'ਚੋਂ ਲੰਘਦੇ ਹੋਇਆਂ ਤੁਹਾਨੂੰ ਜਿਸ ਤਰ੍ਹਾਂ ਦੀ ਪਰਸਨੈਲਿਟੀ, ਜਿਸ ਤਰ੍ਹਾਂ ਦੀ ਮਜ਼ਬੂਤੀ ਚਾਹੀਦੀ ਹੈ, ਉਹ ਮਜ਼ਬੂਤੀ ਤੁਹਾਨੂੰ ਸਰਦਾਰ ਕਪੂਰ ਸਿੰਘ ਤੋਂ ਮਿਲਦੀ ਹੈ, ਉਸ ਤਰ੍ਹਾਂ ਦੀ ਜ਼ੁਰਤ ਉਹ ਗੈਰ ਤੁਹਾਨੂੰ ਮਿਲਦੀ ਹੈ। ਕਿਉਂਕਿ ਉਸ ਦੀ ਉਹਦੇ ਵੈਰ ਜਿਹੜੇ ਬੰਦੇ ਪਏ ਸੀ ਉਹ ਸਧਾਰਨ ਬੰਦੇ ਨਹੀਂ ਸੀ। ਕਪੂਰ ਸਿੰਘ ਦੇ ਵੇਖੋ ਉਹਦੇ ਵੈਰੀ ਕੌਣ ਹੈ, ਹਿੰਦੁਸਤਾਨ ਦਾ ਗ੍ਰਹਿ ਮੰਤਰੀ ਉਹਦਾ ਵੈਰੀ ਹੈ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਉਹਦਾ ਵੈਰੀ ਹੈ, ਹਿੰਦੁਸਤਾਨ ਦੀ ਜੁਡੀਸ਼ਰੀ ਉਹਦੀ ਵੈਰੀ ਹੈ। ਉਹਨੇ ਸਾਰਿਆਂ ਦੇ ਸਾਹਮਣੇ ਆਪਣਾ ਸਿਰ ਚੁੱਕ ਕੇ ਰੱਖਿਆ, ਗੈਰਤ ਨਾਲ ਗੱਲ ਕੀਤੀ ਹੈ ਔਰ ਅਖੀਰ ਤੱਕ ਝੁਕਿਆ ਨਹੀਂ, ਮੰਨਿਆ ਨਹੀਂ, ਉਹਨਾਂ ਦੇ ਅੱਗੇ ਲਿਖਿਆ ਨਹੀਂ। ਜੇ ਉਹ ਲਿਖ ਜਾਂਦਾ ਤਾਂ ਉਹ ਸਾਰਾ ਕੁਝ ਹੋ ਸਕਦਾ ਸੀ, ਪਰ ਉਹ ਲਿਖਿਆ ਨਹੀਂ। ਉਹ ਤੁਹਾਨੂੰ ਦੱਸਦਾ ਵੀ ਜੇ ਤੁਸੀਂ ਇਸ ਤਰ੍ਹਾਂ ਆਜ਼ਾਦ ਰਹਿਣਾ ਆ ਤੁਹਾਨੂੰ ਉਹਦੀ ਕੀਮਤ ਤਾਰਨੀ ਪੈਣੀ ਜਿਹੜੀ ਉਹਨੇ ਆਪ ਤਾਰ ਕੇ ਦੱਸੀ। ਉਹ ਕਹਿੰਦਾ ਇਹ ਤੁਹਾਡੀ ਹੈ ਕੀਮਤ। ਉਹ 'ਚ ਵਾਰ ਵਾਰ ਕਹਿੰਦਾ ਕਹਿੰਦਾ ਇਹ ਨਾ ਦੇਖਿਓ ਕਿ ਕਪੂਰ ਸਿੰਘ ਆਪਣੇ ਰੋਣੇ ਰੋ ਰਿਹਾ, ਇਹ ਲਫ਼ਜ਼ ਨੇ ਉਹਨਾਂ ਦੇ, ਕਹਿੰਦਾ ਮੈਂ ਆਪਣਾ ਰੋਣਾ ਨਹੀਂ ਰੋਇਆ, ਮੈਂ ਤੁਹਾਡੀ ਗੱਲ ਕੀਤੀ ਹੈ। ਉਹ ਤੁਹਾਡੀ ਸਮੂਹਿਕਤਾ ਦੀ ਪੀੜ ਦਾ ਉਸ ਵੇਲੇ ਕਹਿ ਲਓ ਕਿ ਨੁਮਾਇੰਦਾ ਬਣ ਗਿਆ ਸੀਗਾ। ਤਾਂ ਇਹ ਗੱਲਾਂ ਨੇ ਜਿਹੜੀਆਂ ਮੈਂ ਸਰਦਾਰ ਸਾਹਿਬ ਬਾਰੇ ਕਹਿਣੀਆਂ ਚਾਹੁੰਦਾ ਸੀਗਾ। ਮੈਂ ਨਿੱਜੀ ਤੌਰ 'ਤੇ ਇਹਨਾਂ ਪ੍ਰਬੰਧਕਾਂ ਦਾ ਬਹੁਤ ਰਿਣੀ ਹੈ ਜਿਨ੍ਹਾਂ ਨੇ ਸਮਝਿਆ ਕਿ ਸਾਡੇ 'ਚ ਕੋਈ ਕਾਬਲੀਅਤ ਹੈ, ਕਿਉਂਕਿ ਜਿਹੜੇ ਕਾਲਜ ਲੈਵਲ ਦੇ ਕੰਮਕਾਰ ਹੁੰਦੇ ਆ ਅਤੇ ਯੂਨੀਵਰਸਿਟੀ ਦਾ ਪੱਧਰ ਥੋੜ੍ਹਾ ਵੱਡਾ ਹੁੰਦਾ, ਅਤੇ ਜਿਹੜਾ ਇਹ ਦਾਇਰਾ ਇਹ ਖੋਲ੍ਹਿਆ ਆ ਇਹਦੇ ਲਈ ਮੈਂ ਇਹਨਾਂ ਦਾ ਧੰਨਵਾਦੀ ਵੀ ਹਾਂ। ਅਤੇ ਮੈਂ ਇਹ ਸਮਝਦਾ ਵੀ ਜੇ ਇਹ ਗੱਲਬਾਤ ਦਾ ਸਿਲਸਿਲਾ ਅੱਗੇ ਚੜ੍ਹਦਾ ਹੈ, ਸਰਦਾਰ ਦੇ ਉੱਤੇ ਹੋਰ ਗੱਲ ਹੁੰਦੀ ਹੈ, ਬਾਕੀ ਜੀਨੀਅਸ ਵੀ ਪਈਆਂ ਨੇ, ਜਿਵੇਂ ਸਰ ਪਰਮਜੀਤ ਸਿੰਘ ਜੀ ਕਹਿ ਰਹੇ ਸੀ ਕਿ ਸ਼ਾਇਦ ਮੋਹਨ ਸਿੰਘ ਦੀਵਾਨਾ ਜੀ ਦੇ ਉੱਤੇ, ਕਿਉਂਕਿ ਉਹ ਵੀ ਬੜੀ ਵੱਡੀ ਜੀਨੀਅਸ ਹੈ, ਉਹਨਾਂ ਨੇ ਬੜਾ ਕੰਮ ਕੀਤਾ। ਇਸੇ ਤਰ੍ਹਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਉੱਤੇ, ਗੁਰਭਗਤ ਸਿੰਘ ਜੀ ਦੇ ਉੱਤੇ ਕੰਮ ਕਰਨ ਦੀ ਲੋੜ ਹੈ, ਅਤੇ ਜੇ ਹੋ ਰਹੇ ਹੋਣ ਤਾਂ ਉਹ ਜਿਹੜੇ ਲੋਕ ਕਰ ਰਹੇ ਨੇ ਉਹ ਵਧਾਈ ਦੇ ਪਾਤਰ ਨੇ, ਪਰ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ। ਅਤੇ ਇਹਨਾਂ ਸਾਰਿਆਂ ਨੂੰ ਜਿਹੜਾ ਪੜ੍ਹ ਕੇ ਸਾਨੂੰ ਆਪਣੇ ਭਵਿੱਖ ਵੱਲ ਵਧਣ ਲਈ ਕਦਮ ਪੁੱਟਣਾ ਚਾਹੀਦਾ ਆ, ਜਿਹੜਾ ਕਿ ਸਰਦਾਰ ਕਪੂਰ ਸਿੰਘ ਚਾਹੁੰਦੇ ਸਨ ਕਿ ਸਿੱਖ ਉਹ ਕਦਮ ਪੁੱਟਣ। ਅਤੇ ਇਹ ਜਿਹੜੀ ਉਹ ਇੰਨੀ ਊਰਜਾ ਅਤੇ ਇੰਨਾ ਬਲ ਸਾਡੇ ਵਿੱਚ ਭਰ ਰਹੇ, ਉਹ ਕਾਹਦੇ ਲਈ ਭਰ ਰਹੇ? ਉਹ ਇਸੇ ਕਰਕੇ ਭਰ ਰਹੇ, ਭਵਿੱਖ ਵੱਲ ਵੱਧ ਜਾਓ, ਅੱਗੇ ਵੱਲ ਵੱਧ ਜਾਓ। ਅਤੇ ਜਿਹੜੇ ਜਿਹੜਾ ਕੁਛ ਹੋਇਆ ਆ ਉਹਦੇ ਵਿੱਚ ਜਿਹੜੇ ਅਸਲੀ ਕਾਰਨ ਆ ਉਹ ਉਹਨਾਂ ਨੇ ਤੁਹਾਡੇ ਸਾਹਮਣੇ ਲਿਖਤੀ ਦੇ ਦਿੱਤੇ ਆ ਕਿ ਉਹਨੂੰ ਪਛਾਣ ਲਓ। ਇਸ ਜਿਹੜਾ ਹਿੰਦੂ ਤਖ਼ਤ ਹੈ ਇਹਦੇ ਜ਼ੇਰੇ ਸਾਇਆ ਤੁਹਾਡੀ ਸ਼ਖਸੀਅਤ ਪੂਰਨ ਵਿਕਾਸ ਵਿੱਚ ਨਹੀਂ ਮੌਲ ਸਕੇਗੀ, ਇਸ ਗੱਲ ਦੀ ਗਵਾਹੀ ਸਰਦਾਰ ਕਪੂਰ ਸਿੰਘ ਨੇ ਦਿੱਤੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।